أعوذ بالله من الشيطان الرجيم. بسم الله الرحمن الرحيم. الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين. الله هم كن وليك حجة ابن الحسن صلواتك عليهم وعلى أبائهم في يوم الساعة وفي كل ساعة من ساعة الليل والنهار واليوم حفظهم وقائدهم وناصرهم وذليلهم وعينهم حتى تسكنهم أرض قدوان وتمتعه فيها طويلا. يا رب محمد وآل محمد أجل فرج آل محمد اللهم صل على محمد وآل محمد صلوات. اللہ رب العزت بطفیل چہار دا معصومین علیہ الصلوۃ والسلام کریم اللہ عبادت قبول فرماوے. محمد اور آل محمد دا صدقہ حاضرین دی تشریف آوری ذاکرین علماء دی پڑھائی میں گنہگار دی نوکری اللہ قبول فرماوے. مالک تسا سارے کو آمین آکھن دی توفیق عطا فرما. بانیان دے جڑے مرحومین دنیا تو ٹر گئے اللہ انہاں دے درجات بلند فرما. تو آڈے ساڈے مرحومین دی مالک مغفرت فرما. ہمیشہ گھر کھو تڑ بستیاں گاؤں پنڈ شہر تا قیامت تک آباد و شاد رہن جتھ بطول دے پتر دی پوڑی بھی چھائی بیندی ہے. دعا دی سمجھ آن دی بیٹھی ہے تا آمین آکھ چھوڑا کرو. ہر مجلس اچ ہر عبادت اچ ہر ویلے ہر ساہ ساہ نال دعا منگی کرو. مجلساں دکھا دیاں پوڑیاں مکن تے ذکر دا وارث آوے. سادات دے ویڑے وسن ساڈا امام آوے. جا تسا گلہ نہ کرو امام دے آمد دی دعا دی آمین آکھو بیٹھے. امام آوے سیدان دے ویڑے وسن علی اکبر دی بھین بھرا دا پلو بنے علی اصغر دی اما دھوپ تو اٹھی کے چھا تے باہوے. جکو
ਮੇਰੀ ਜ਼ੁਬਾਨ ਦੀ ਲਫ਼ਜ਼ਾਂ ਦੀ ਸਮਝ ਆਵੇ, ਉਹ ਬੰਦਾ ਅਮੀਨ ਆਖੇ, ਉਹ ਬੀਬੀ ਵਸੇ ਜਿਹੜੀ ਮਦੀਨੇ 'ਚ ਬਿਰਾਦ ਕਦਮਾਂ ਦੇ ਨਿਸ਼ਾਨ ਤੇ ਮੂੰਹ ਰੱਖ ਕੇ ਆਖਿਆ ਕਿ ਅਕਬਰ ਤੁਸ ਤਡਵਲ ਸੋ ਜਦੋਂ ਮੈਂ ਮਰਵੇ ਸਾਂ। ਇਹ ਕਿਬਲਾ ਹਜ਼ਰਤ ਇਮਾਮ ਹੁਸੈਨ ਦੀ ਮਜ਼ਲੂਮ ਦੀ ਗਰੀਬ ਦੀ 7.5 ਸਾਲ ਦੀ ਬੁੱਢੜੀ ਧੀ ਹੈ। ਕਿਤਨੀ ਉਮਰ ਹੈ ਬੋਲੋ ਜਾ ਸਾਰੇ ਪਿਛਲੇ, ਕਿਤਨੀ ਉਮਰ ਹੈ 7.5 ਸਾਲ ਅਤੇ ਬੁੱਢੜੀ, 40 ਘਰ 'ਚ ਇਕੱਲੀ ਰਹਿ ਗਈ, ਸਾਰਾ ਸਾਰਾ ਦਿਨ ਖਿਆਲ 'ਚ ਭਰਾ ਨਾਲ ਗੱਲਾਂ ਕਰਿਆ, ਜਿਹੜੇ ਬਹਿਣਾ ਦੇ ਭਰਾ ਬੈਠਣ ਉਹ ਬੰਦਾ ਗੱਲ ਬਹੁਤ ਸਮਝ ਸੀ, ਖਿਆਲਾਂ 'ਚ ਭਰਾ ਨਾਲ ਗੱਲਾਂ ਕਰਿਆ, ਹੁਜ ਦੇ ਜਿਹੜੇ ਸਮਝਦੇ ਹੋ, ਹੁਜ ਦੇ ਜਿਹੜੇ ਭਰਾ ਨਾਲ ਲਾਵਿਆ, ਆਖਿਆ ਅਕਬਰ ਜਨਮ ਦੇ ਤੁਸੀਂ ਟੁਰੇ ਵੇ ਨਾ ਤੇ ਮੈਂ ਕੋਈ ਇਹਦੀ ਗਰੀਬ ਥੀ ਗਈ ਹਾਂ, ਪੂਰੇ ਮਦੀਨੇ 'ਚ ਜਦੋਂ ਹੀ ਮੈਂ ਬਿਰਾਵਾਂ ਵਾਲੀਆਂ ਭੈਣਾਂ ਆਂਦਾ ਦੇਖੇ ਨਾ ਇੱਕ ਬਾਈ ਕੁਆ ਦਿਨ ਭਰਾ ਲੁਕਾਓ ਭਰਾਵਾਂ ਮੋਈ ਆ ਗਈ ਹੈ। ਤ੍ਰੈ ਸਫ਼ਰ ਹੁਸੈਨ ਦੀ ਧੀ ਦੀ ਰੁੱਖਾਂ ਤੋਂ ਜਿੰਦ ਛੁੱਟੀ, ਰੋ ਪਏ ਕਦਾਂ ਕਿਹੜੀ ਤਾਰੀਖ ਬੋਲੋ ਚਾ, ਹੁਸੈਨ ਦੀ ਮਜਲੇ ਸੇ ਜਿਹੜਾ ਬੁਲੈਂਦਾ ਨਹੀਂ ਉਹ ਹੁਸੈਨ ਦਾ ਕੁਝ ਨਹੀਂ ਲੱਗਦਾ, ਜਿਹੜਾ ਗੈਰ ਹਾਜ਼ਰ ਬੈਠੇ ਜਿਹਦੀ ਤਵੱਜੋ ਨਹੀਂ ਆਉਂਦੀ ਉਹ ਆਇਆ ਪਤਾ ਨਹੀਂ ਘਰੋਂ ਕਿਹੜੀ ਵਜ੍ਹਾ ਤੋਂ। ਮੌਲਾ ਦੇ ਆਦਾਦ ਆ ਰਹੀ ਵੇ, ਹੁਸੈਨ ਦੀ ਅੰਮਾ ਕੋ ਢੇਰ ਪਿਆਰੇ ਵੇ, ਮੈਂ 3 ਦਫ਼ਾ ਇਮਾਮ ਹੁਸੈਨ ਦਾ ਦਵਾਰ ਹਾਂ, 1 ਦਫ਼ਾ ਬੈਤੁਲ ਅਧਾ ਜੀ ਹਾਂ, ਤੁਹਾਡੇ ਕਦਮਾਂ 'ਤੇ ਹੱਥ ਹੈ, ਮੌਲਾ ਦਾ ਵਾਸਤਾ ਵੇ ਬੋਲੇ ਕਰੋ। ਹੁਸੈਨ ਦੀ ਧੀ ਦੀ ਜ਼ਿੰਦਗੀ ਦਾ ਆਖਰੀ ਦਿਨ ਕਿਹੜਾ, 3 ਹੋਠ ਹਲਾਓ ਚਾ, 3 ਸਫ਼ਰ ਆਖਰੀ ਦਿਨ, ਜਦੋਂ ਯਕੀਨ ਹੋਇਸ ਜੋ ਬਚਦੀ ਨਾ, ਹਾਲਤ ਕਿਹੜੀ ਹੈ, ਕੁਛ ਪੈਰਾਂ ਦੇ ਨਿਸ਼ਾਨ ਹਨ ਜਿਨ੍ਹਾਂ ਦੇ ਉੱਤੇ ਮੂੰਹ ਰੱਖ ਕੇ ਸੁੱਤੀ ਪਈ ਹੈ, ਅੱਖਾਂ ਵਸਦੀਆਂ ਪਈਆਂ, ਚਾਚਾ ਯਕੀਨ ਹੋਇਸ ਜੋ ਮੇਰੀ ਜ਼ਿੰਦਗੀ ਮੁੱਕ ਗਈ, ਬਿਸਮਿਲਾ ਆਪਣੇ ਆਪ ਨਾਲ ਗਿੱਲਾ ਕੀਤਾ, ਆਦੀ ਬਿਮਾਰ ਤੇਰਾ ਨਸੀਬ, ਤੇਰੀ ਜ਼ਿੰਦਗੀ ਮੁੱਕੀ, ਤੇਰਾ ਅਕਬਰ ਤੱਕ ਨ ਮਿਲਾ। ਹੁਸੈਨ ਦੀਦੀ ਸਰ ਚਾਹ ਤੇ ਦੇਖਿਆ ਦੀ ਆਏ ਮਲਕਲ ਮੌਤ, ਵਾਰ ਸਾਹਿਬ ਬੀਬੀ ਦੀ ਆਏ ਮਲਕਲ ਮੌਤ, ਤੂੰ ਉਵੇਂ ਕਰ ਜਿਵੇਂ ਰੱਬ ਕੋ ਭਾਂਦਾ ਹੋਵੇ, ਬੀਬੀ ਦੀ ਆਏ ਮਲਕਲ ਮੌਤ, ਤੂੰ ਉਵੇਂ ਕਰ ਜਿਵੇਂ ਰੱਬ ਕੋ ਭਾਂਦਾ ਹੋਵੇ, ਬੀਬੀ ਦੀ ਰੂਹ ਹੌਲੇ ਹੌਲੇ ਕਬਜ਼ ਕਰੇ ਮੱਥਾ ਅਕਬਰ ਆਉਂਦਾ ਹੋਵੇ। ਇਨਸ਼ਾਅੱਲਾ ਤੁਹਾਡੀਆਂ ਧੀਆਂ ਦੇ ਪੜਦੇ ਹੋਵੇ, ਇਨਸ਼ਾਅੱਲਾ ਤੁਸੀਂ ਵਸਦੇ ਰਹੋ। ਬੀਬੀ ਆਖਿਆ ਮੈਂ ਦਾ ਰੂਹ ਉਂਜਾ ਤੇ ਲੈ ਵੰਜੇ ਜਿੱਥੇ ਅਕਬਰ ਰਹਿੰਦਾ ਹੋਵੇ, ਮੈਂ ਮਰਾਂ ਤੇ ਦਾਗ ਜੁਦਾਈ ਵਾਲਾ ਮਤ ਦਿਲ ਤੋਂ ਲਾਹਦਾ ਹੋਵੇ। ਇਮਾਮ ਆਵੇ, ਮੇਰਾ ਪੁੱਤਰ ਥੋੜ੍ਹਾ ਜਿਹਾ ਹੈਵੀ ਕਰ, ਬੰਦਾ ਦੂਰ ਹੁੰਦਾ ਤਾਂ ਆਵਾਜ਼ ਬਿਲਕੁਲ ਸਲੋ ਬੰਦਾ। ਇਮਾਮ ਆਵੇ, ਈ ਅਬੀ ਵੀ ਵਸ ਪੋਵੇ, ਬਿਰਾ ਦਾ ਪੱਲੂ ਵਧੇ, ਠੀਕ ਹੈ ਬਸ, ਮੌਲਾ ਯਾਦੀ ਕਰੇ, ਸਾਹਿਦਾਂ ਦੇ ਵਿਹੜੇ ਵਸਣ, ਸਾਦਾਤ ਦੇ ਖੂਨ ਦਾ ਬਦਲਾ ਹੋਵੇ। ਆਮੀਨ ਸਾਰੇ ਆਖੋ। ਅੱਲਾ ਤੁਹਾਨੂੰ ਸਾਨੂੰ ਇਸ ਕਾਬਿਲ ਬਣਾਵੇ ਜਿਹੜੇ ਇਮਾਮ ਦੀ ਰਈਅਤ ਹੈ ਉਸਦੀ ਜ਼ਿਆਰਤ ਤੋਂ ਮੁਸ਼ਰਫ ਹੋ ਸਕੀ। ਸਲਵਾਤ ਖੁੱਲ੍ਹੇ ਚਿਹਰੇ ਨਾਲ ਹਰ ਬੰਦਾ ਫੜੇ, ਅੱਲਾਹੁਮਾ ਸੱਲੇ ਅਲਾ ਸਾਰਿਆਂ ਰਿਸ਼ਤਿਆਂ ਕੋਲੋਂ ਤੁਹਾਡਾ ਵੱਡਾ ਰਿਸ਼ਤਾ ਇਮਾਮ ਹੁਸੈਨ ਅਲਾ, ਕਿਹੜਾ ਰਿਸ਼ਤਾ ਹੈ, ਹਜ਼ਰਤ ਇਮਾਮ ਹੁਸੈਨ ਬਾਦਸ਼ਾਹ ਅਲਾ, ਮਿੰਨਤ ਵੇ ਨਾਰਾਜ਼ ਨਾ ਥੀਵੋ ਤਾਂ ਥੋੜ੍ਹੇ ਜਿਹੇ ਅੱਗਾਂ ਮੇਰੇ ਨਾਲ ਰਲ ਲਓ, ਮੈਂ ਥੋੜ੍ਹੀ ਦੇਰ ਨੌਕਰੀ ਦੇਵਾਂ, ਪਿੱਛੇ ਜਿਹੜੇ ਬੈਠੇ ਹੋ ਆਉਂਦੇ ਵੇ, ਮੌਲਾ ਦੇ ਜ਼ਿਕਰ ਦੀ ਜ਼ੀਨਤ ਬਣ ਕੇ ਬਹੁ, ਇਸ ਦਾ ਅਜਰ ਹੁਸੈਨ ਦੀ ਅੰਮਾ ਤੁਹਾਡੇ ਸੀ, ਬਹੁਤ ਮਿਹਰਬਾਨੀ ਜੀ। ਚਾਚਾ ਦੋ ਜਣੇ ਬਚ ਗਏ ਵੇ, ਤੁਸੀਂ ਉੱਠਿਓ ਨਿਆ ਦੇ ਹੁਸੈਨ, ਨਜ਼ਰ ਅੱਲਾ ਨਿਆ ਦੇ ਹੁਸੈਨ, ਉੱਠਿਓ ਇਹਸਾਨ ਲਓ। ਕਸੀਦਾ ਪੜ੍ਹਦੇ ਪਏ ਜੀ, ਮੌਲਾ ਸਾਈਆਂ ਦੇ ਸਦਕੇ ਜਿਤਨੇ ਅਜ਼ਾਦਾਰ ਦੁੱਖੇ ਨਾਲ ਅਸੀ ਅਤਾ ਫਰਮਾ, ਹੁਸੈਨ ਦੇ ਅਜ਼ਾਦਾਰਾਂ ਦੇ ਪੈਰਾਂ ਦੀ ਖਾਕ ਦਾ ਸਦਕਾ
ਮੇਰੀ ਆਪਣੀ ਅੰਮਾ ਕੋ ਤਕਲੀਫ ਹੈ ਅਤੇ ਇਸਲਾਮਾਬਾਦ ਹੈ, ਅੱਲਾ ਉਕਸੀਅਤ ਦੇ ਮੇਰੀ ਭੈਣ ਕੋ, ਮੈਂ ਤੂੰ ਛੋਟੀ ਹਮਸ਼ੀਰਾ ਹੈ, ਉਹ ਕੋ ਮਾਲਿਕ ਸੀਅਤ ਅਤਾ ਫਰਮਾ। ਤੁਹਾਡੇ ਜਿਹੜੇ ਰਿਸ਼ਤੇਦਾਰ ਕੋਈ ਮੋਮਿਨ ਅਦਾਦਾਰ ਦੁੱਖ ਹਨ, ਬੀਬੀ ਦੇ ਦੁੱਖਾਂ ਦਾ ਸਦਕਾ ਅੱਲਾ ਸੀਅਤ ਅਤਾ ਫਰਮਾ। ਕਸੀਦਾ ਇੱਕ ਮੇਰੇ ਦਿਲ ਹੈ, ਤੁਹਾਨੂੰ ਇਕੱਲੇ ਸੁਣਾਵਾਂ ਪਹਿਲੇ ਦਿਲ ਇਵੇਂ ਜੀ ਥੋੜ੍ਹਾ ਬੁਲਾਇਆ ਸੀ ਜੀ, ਮੈਂ ਤਾਂ ਹੱਟੀਆਂ ਪਹਿਲੀ ਦਫ਼ਾ ਨੌਕਰੀ ਵਾਸਤੇ ਹਾਜ਼ਰ ਹੋਇਆ। ਜੀਆ ਦੁਨੀਆ ਉੱਤੇ ਰਾਬਰ ਨਹੀਂ ਲੱਭਦਾ, ਮੇਰੇ ਮੌਲਾ ਤਵੱਜੋ ਹੈ ਬਾਬਾ ਕਿ ਮੈਂ ਇੱਕ ਜ਼ਰੂਰਤ। ਠੀਕ ਹੈ ਠੀਕ ਹੈ, ਬੜੀ ਮਿਹਰਬਾਨੀ ਚਾਚਾ, ਸਾਦੇ ਸਾਦੇ ਅਲਫਾਜ਼ ਨੇ, ਮੇਰੇ ਮੌਲਾ ਜੀਆ ਦੁਨੀਆ ਉੱਤੇ ਰਾਹਬਰ, ਸਿਰ ਹਿਲਾਓ ਚ ਮੇਰਾ, ਬਿਸਮਿਲਾ ਨਹੀਂ ਲੱਭਦਾ, ਫਰਦ ਸਾਨੀ ਸੁਣਾ ਬਣੇ, ਤਵੱਜੋ ਫਰਮਾਵਣੀ ਹੈ। ਮੇਰੇ ਮੌਲਾ ਜੀਆ ਦੁਨੀਆ ਉੱਤੇ ਰਾਹਬਰ ਨਹੀਂ ਲੱਭਦਾ, ਅਲੀ ਅਹਦ ਜਨਾ ਹਮ ਸਰ ਨਹੀਂ ਲੱਭਦਾ। ਔਖੇ ਸੌਖੇ ਬੋਲ ਛੋੜੋ ਹੈਦਰੀ, ਅਲੀ ਅਹਦ ਜਨਾ ਹਮ ਸਰ ਬੋਲੋ ਚਾ ਬਿਸ ਸ਼ੇਰ ਸੁਣਾਉ। ਵੈਸੇ ਜੀ ਇਹ ਅਟਕ ਕੈਮਲਪੁਰ ਪੈਲਸ ਦਾ ਨਾਂ ਹੈ, ਅਤੇ ਸਾਰੇ ਬਾਬੇ ਹੁਣ ਦੇ ਕੋਲ ਵੀ ਸੀਨੀਅਰ ਦਾ ਕਰਨ, ਉਹ ਕੀ ਨਾਂ ਉਹਨਾਂ ਦਾ, ਹਾਫਿਜ਼ ਆਸ਼ਿਕ ਹੁਸੈਨ, ਹਾਫਿਜ਼ ਆਸ਼ਿਕ ਹੁਸੈਨ, ਕੁਝ ਮਜਲਸਾ ਸਾਰੇ ਬਾਬੇ ਦੇ ਇਕੱਠੇ ਉਹਨੇ ਪੜ੍ਹਿਆ। ਵੈਸੇ ਸੁਲਤਾਨਾ ਦੀ ਨਗਰੀ ਹੈ ਜੀ, ਸ਼ੇਰ ਸੁਣਾਉ। ਇਹ ਹੁਣ ਤੁਹਾਡੀ ਨਬਜ਼ ਅਤੇ ਸਰਦੀ ਜ ਹੱਥ ਲਾਉਣੇ, ਮੈਂ ਇਸ ਸ਼ੇਰ 'ਤੇ ਪਤਾ ਲੱਗ ਪਿਆ ਸੀ ਜੋ ਮੈਂ ਅੱਗਾ ਕੇ ਫੜਨਾ ਹੈ। ਭਾਈਜਾਨ ਭਾਈਜਾਨ ਸ਼ੇਰ ਬਗੈਰ ਸ਼ਰ੍ਹਾਂ ਦੇ ਸੁਣਾ ਬਣੇ, ਇਸੇ ਤਵੱਜੋ ਢੇਰ ਹੋਸੀ ਤਾਂ ਲੁਤਫਾ ਸੀ ਜੀ। ਬਿਸਮਿਲਾ ਜੀ ਜਿਨ ਮਕਾਮ 'ਤੇ ਬਗੈਰ ਸ਼ਰ੍ਹਾਂ ਦੇ ਸ਼ੇਰ ਸੁਣਾ ਦੇ ਪਏ, ਤਵੱਜੋ ਫਰਮਾਵਣੀ ਹੈ। ਜਾ ਹੱਥ ਕੁੰਡ ਦੇ ਵਿੱਚ ਪਾਇਆ ਆਹੀ ਆਲੀ ਦੇ ਬਾਬੇ ਚਾਚਾ, ਜਾਂ ਭਜਨ ਜਾਂ ਹੱਥ ਕੁੰਡੇ ਦੇ ਵਿੱਚ ਪਾਇਆ ਆਹੀ ਗਾਜ਼ੀ ਦੇ ਬਾਬੇ ਨੇ, ਬੋਲਣਾ ਬਈ ਥੋੜਾ ਜਿਹਾ ਸਿਰ ਨੇ ਬੋਲ, ਆਹੀ ਗਾਜ਼ੀ ਦੇ ਬਾਬੇ ਨੇ, ਬਾਬੇ ਨੇ, ਬਾਬੇ ਨੇ ਉਡਾਇਆ ਵੇਖੇ ਬਲਕੂ ਜੈਨ ਕਾਬੇ ਦੇ ਕਾਬੇ ਦਰ ਨਹੀਂ ਲੱਭਦਾ। ਮਿਲ ਕੇ ਬੋਲੋ ਸਾਰੇ, ਬੋਲੋ ਹੈਦਰੀ, ਭਾਈਜਾਨ ਨਿਕਲ ਸਕ ਬੁਲੈਂਦੇ ਉਹ ਖੈਬਰ ਦਾ। ਤੁਹਾਡੇ ਇਲਾਕੇ ਇੱਥੇ ਨਹੀਂ ਪੜ ਗਏ, ਹੁਣ ਤਾਂ ਨੈਟ ਦਾ ਜ਼ਮਾਨਾ ਜੀ, ਕਿੱਥੋਂ ਕੋਈ ਪੁਣਨ ਵਾਲਾ ਹੋਵੇ ਬੰਦਾ ਸੁਣਵਾਂ ਕਹਿੰਦਾ। ਬਜ਼ੁਰਗ ਮੌਲਾ ਦੇ ਜ਼ਾਕਿਰ ਹਨ, ਸਾਡੇ ਮਦਹਬ ਦੇ ਆਲਮ ਹਨ, ਅਮੀਰ ਅਫਜ਼ਲ ਉਸਦਾ ਨਾਂ ਹੈ, ਉਹਦਾ ਲੱਕਾ ਬਈ ਹੁਸੈਨ ਹੀ ਰਾਕਟ ਰਾਕਟ ਸਾ, ਸਾਡੇ ਪਿਓ ਦਾ ਬਹੁਤ ਪਿਆਰਾ ਦੋਸਤ ਹੈ, ਤਾਲਿਬ ਇਲਮੀ 'ਚ ਇਕੱਠੇ ਪੜ੍ਹਦੇ ਰਹਿ ਗਏ ਕਿਬਲਾ ਅਲੀਪੁਰ ਯਾਰ ਸ਼ਾਹ ਸਾਹਿਬ ਕੋਲੋਂ, ਅਤੇ ਉਹ ਪੜ੍ਹਦੇ ਹੁੰਦੇ ਪੀਰ ਅਲੀ ਦਵਾਰ ਸਾਹਿਬ ਖੈਬਰ ਦੇ ਦਰਵਾਜ਼ੇ 'ਚ ਇੰਝ ਹੱਥ ਪਾ ਕੇ ਅਸਮਾਨ ਵਾਲੇ ਪਾਸੇ ਜੋ ਸੱਟ ਹੈ ਰਾਕਟ ਸਾਹਿਬ ਪੜਦਾ ਆਉਂਦਾ, ਨਾ ਅਲੀ ਦੇ ਹੱਥ ਦੀ ਤਾਕਤ ਮੁੱਕਦੀ ਹੈ, ਨਾ ਖੈਬਰ ਦਾ ਦਰਵਾਜ਼ਾ ਜ਼ਮੀਨ ਤੇ ਡਾਂਦਾ ਹੈ। ਬਿਸਮਿਲਾ ਜੀ
شیر سناؤں؟ یہ شیر بغیر شرح دے پڑھے، اگلا شیر شرح نال پڑھ دیں، سوکھے جے شیر ان جی. پچھلے بابا جڑے دھوپ تے بیٹھے ہو تو کو میں دستا کھڑا ہاں، اچھا بس دھوپ والے بندے کو سایہ والا بندہ دستا اوکھا جی. دعا فرماونی ہے، چلو حسین دے دادارے وچ مسلمان کہ جی چاچا سی مسلمان جڑے لا الہ الا محمد رسول اللہ پڑھ دین، علی بادشاہ کو کس مقام تے منن؟ مسلمان علی بادشاہ کو کس مقام تے منن؟ ملنگا دا کیڑا کیدا ہے؟ ملنگا دا کیڑا کیدا ہے تے اپنا کیدا دسنا ہے؟ نکا جگتی والا میرا چن میرو دیکھ علی دا واسطے، میں تھوڑے کیتے اللہ گواہ چار بجے دا ٹورا ودا دھمی لے دا. مسلمان علی بادشاہ کو کیڑے نمبر تے منن؟ تے ملنگا دا کیڑا کیدا ہے تے اپنا کیدا دسنا ہے؟ قدما تیات وے گلاں تراہن تے شیر ہکو ہے. ڈھیر توجہ سی دل ڈھیر لطفا دی دعا فرمائسو، توجہ فرماونی ہے. کئی بندے اے آدھے علی دا چوتھا نمبر ہے، کئی بندے آدھے ہیں علی دا چوتھا. تسا نہیں منے دے تو سن دے تے نہ تک فتح. مسلمان سارے برائن جڑے علی بادشاہ کو چوتھی جات منن، کئی بندے اے آدھے ہیں علی دا چوتھا نمبر ہے. توجہ فرمائے، ملنگ آدھے اے چوتھا نہیں علی دا پہلا نمبر ہے، میں کھوتا پی را لکھی تے کوئی نمبر نہیں لبدا. ہاتھ بلند کر کے بول حیدری. بسم اللہ جی حیدری. یہ نارا جلے بیڑی والا مرن دے بندے دا ہاں لہ بندے پوری طاقت نال بولو حیدری. حافظ محمد علی خان دا انتخاب نشان قصیدہ سناون لگا تھانو، تے ساڈے پتہ نہیں ایتھے تک ہٹیاں تک یا دین لئیے بکھر جا دین پیندا ہر کوئی ہے تے ٹھمکیندا کوئی کوئی ہے. لکھا کمبر صاحب ایک قصیدہ، پڑھیا حافظ محمد علی خان نے جڑا میں تھانو سنا لگا. میرے جسم میں جہاں جب تک رہے گی میں کرتا رہوں گا سنا پنج تلخی. بڑی مہربانی، میرے جسم میں جاؤں جب تک رہے گی، تھوڑا جہاں بولو نیاز حسین، میں کرتا رہوں گا. بھائی اس دے ساڈی تھوڑی زبان چاہ دن بھائی جتنے تے میں جیندا رہا سا میرے سا سا رہا سی میرا کام کیا سی میں سا یہاں دی تعریف کرتا رہا سا. فرد سانی فرد سانی جد مقام دے بیٹھا توجہ فرماونی ہے. میرے جسم میں جان جب تک رہے گی میں کرتا رہوں میں کیا اور میری حقیقت ہی کیا ہے سنا کر رہا ہے خدا پنج تلگی. سارے حیدری. چلو میں اردو والا قصیدہ نہیں پڑھتا، میں تو اپنی زبان قصیدہ کیوں نہ سناوا جی بزرگاں دی ذاکری سادے الفاظ سناؤں جی. قصیدے مرتضی دی شان دے جگنو سنا دیوا، 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 قصیدے
ਕਸੀਦੇ ਮੁਰਤਾ ਦੀ ਸ਼ਾਨ ਦੇ ਜਗਨੂੰ ਸੁਣਾ ਦੇ। ਇਹ ਤਾਂ ਸੌ ਖਿਲਾਫ ਸੀ, ਕਸੀਦੇ ਮੁਰਤਦਾ ਦੀ ਸ਼ਾਨ ਦੇ ਜਗ ਨੂੰ। ਆ ਜਗ ਇੱਕ ਜਗ ਜ਼ਾਕਿਰੇ, ਉਹ ਸਾਡਾ ਪੋਤਰਾ ਸ਼ਗਿਰਦ ਹੈ, ਉਹ ਹਾਫਿਜ਼ ਮੁਹੰਮਦ ਅਲੀ ਖਾਨ ਦੇ ਸ਼ਗਿਰਦਾ ਆਗੂ ਸ਼ਗਿਰਦ ਹੈ ਤੇ ਪੋਤਰਾ ਥੀ ਗਿਆ। ਉਹ ਜਗ ਨਾ ਪੂਰੀ ਦੁਨੀਆ ਜਗ, ਜਗ ਸਰਕੀ ਦਵਾਨ ਜਹਾਨ ਦੁਨੀਆ ਕਸੀਦੇ ਮੁਰਤਦਾ ਦੀ ਸ਼ਾਨ ਦੇ ਜਗ ਨੂੰ। ਤਵਜੋ ਫਰਮਾਉਣਿਆ ਪਿਆਦਾ ਕਸੀਦੇ ਮੁਰਤਾ ਦੀ ਸ਼ਾਨ ਦੇ ਜਗ ਨੂੰ ਸੁਣਾ ਦੇਵਾ, ਕਸੀਦੇ ਮੁਰਤਾ ਦੀ ਸ਼ਾਨ ਦੇ ਜਗ ਨੂੰ ਸੁਣਾ ਦੇਵਾ, ਕਸੀਦੇ ਮੁਰਤਾ ਦੀ ਸ਼ਾਨ ਦੇ ਜਗ ਨੂੰ ਸੁਣਾ ਦੇਵਾ, ਮਲਕਾਂ ਨੂੰ ਦੁਆ ਦੇਵਾ, ਮੁਨਾਫਕ ਨੂੰ ਜਲਾ ਦੇਵਾ, ਕਸੀਦੇ ਮੁਰਤਾ ਦੀ ਸ਼ਾਨ ਦੇ ਜਗ ਨੂੰ ਸੁਣਾ ਦੇ। ਮਿਲ ਕੇ ਪੜ ਸਕਦੇ ਹੋ ਤਾਂ ਬੋਲੋ, ਬੋਲੋ ਹੈਦਰੀ। ਸ਼ੇਰ ਸੁਣੋ, ਜਬ ਇਸ ਵੇਲਾ ਖੈਬਰ ਦੇ ਮੈਦਾਨ ਵਿੱਚ ਕਿੱਥਾ ਖੈਬਰ ਦੇ ਕਹਿ ਕਹਿ ਜਾ ਤੇ ਮੇਰੇ ਰਿਵਾਜ ਹੁੰਦਾ ਬੇ ਬੰਦਿਆਂ ਦੇ ਨਸਾ ਨਹਿ ਬੋਲਦੇ ਤਾਂ ਵੱਡੇ ਜਣੇ ਹੋਸੂ। ਹੁਸੈਨ ਦੇ ਜ਼ਿਕਰ ਬੋਲਣਾ ਹੀ ਇਬਾਦਤ ਹੈ, ਵੈਸੇ ਜਿੱਥੇ ਮੈਨੂੰ ਲਿਖਿਆ ਹੁੰਦਾ ਖਾਮੋਸ਼ੀ ਇਬਾਦਤ। ਮੈਂ 15-16 ਸਾਲ ਹੋ ਗਏ ਪੜ੍ਹਦਿਆਂ ਤੇ ਮੈਂ ਬੱਚਾ ਨਹੀਂ, ਤੁਸੀਂ ਨਾ ਹੀ ਬੋਲੋ ਤਾਂ ਮੈਂ ਤੁਹਾਡੇ ਕੋਲ ਬੁਲਵਾ ਗਿਨਸਾਂ। ਅਤੇ ਕੋਸ਼ਿਸ਼ ਜਿਵੇਂ ਇਹ ਬਈ ਤੁਸਾਂ ਮੇਰੇ ਵਾਲੀ ਨੌਕਰੀ 'ਚ ਤੁਹਾਡਾ ਨਾਂ ਲਿਖੀ ਜ ਵਜੇ ਬੋਲਣ ਵਾਲੀ ਪੜ੍ਹਨ ਵਾਲੀ। ਖੈਬਰ ਦੇ ਮੈਦਾਨ 'ਚ ਨਬੀਆਂ ਦੇ ਨਬੀ ਨੇ, ਖੈਬਰ ਦੇ ਮੈਦਾਨ 'ਚ ਨਬੀਆਂ ਦੇ ਨਬੀ ਨੇ ਉੱਚੇ ਟਿੱਬੇ ਦੇ ਖਲੋ ਕੇ ਮਦੀਨੇ ਦੇ ਮੂੰਹ ਕਰਕੇ ਹੱਕਲ ਮਾਰ ਕੇ ਫਰਮਾਇਆ ਕਹਿਰ ਲਦੂ ਬਿਸਮਿਲਾ ਯਾ ਵਾਲੀ ਅਲ ਵਲੀ ਯਾ ਮਜ਼ਹਰ ਅਲ ਅਜਾਇਬ ਯਾ ਮੁਰਤਦਾ। ਮੈਂ ਪਤਾ ਨਹੀਂ ਤੁਹਾਡਾ ਕਿਵੇਂ ਸੋ ਸਿਰ ਹਲੈਂਦੇ ਮੈਂ ਜ਼ਬਾਨ ਨਹੀਂ ਵਹਿ ਲੈਂਦੇ। ਯਾ ਅਲੀ ਚਲੋ ਕਿਬਲਾ ਨੀ ਤੁਹਾਡੀ ਮੁਹੱਬਤ ਦੀ ਗੱਲ। ਯਾ ਅਲੀ ਅਦਰਿਕਨੀ ਅਦਰਿਕਨੀ ਮੇਰੀ ਮਦਦ ਕੁਆ, ਕਿੱਥੋਂ ਖੜ ਕੇ ਸੱਡਸ ਬੋਲੋ ਚਾ। ਖੈਬਰ ਖੈਬਰ ਔਰ ਮਦੀਨਾ 4.5-5 ਕਿਲੋਮੀਟਰ ਦਾ ਫਾਸਲਾ ਹੈ। ਜਦੋਂ ਦਾ ਮੋਬਾਈਲ ਫੋਨ ਹੈ ਮੁਸਲਮਾਨ ਮੰਨ ਗਏ, ਪਹਿਲੇ ਮੰਨਦੇ ਨਾ ਨਬੀਆਂ ਦੇ ਨਬੀ ਖੈਬਰ ਚੋ ਸੱਡਾ ਕਿਵੇਂ ਹੋ ਸੀ, ਅਲੀ ਮਦੀਨੇ ਸੋਹਣਾ ਕਿਵੇਂ ਹੋ ਸੀ। ਪੀਰ ਅਲੀ ਪੀਰ ਅਲੀ ਮਦੀਨੇ ਚ ਮਦੀਨੇ ਚ ਬਿਰਾ ਦੀ ਆਵਾਜ਼ ਸੁਣੀ, ਅਲੀ ਠੁੱਟਦਿਆਂ ਠੁੱਟਦਿਆਂ ਆਪਣੇ ਰਹਿਵਾਰ ਦੇ ਕੋਲ ਆਏ, ਘੋੜੇ ਦੇ ਕੋਲ ਆਏ, ਬਜ਼ੁਰਗ ਪੜਦੇ ਹੁੰਦੇ ਨੇ। ਯਾ ਅਲੀ ਟੁੱਟਦਿਆਂ ਟੁੱਟਦਿਆਂ ਆਪਣੇ ਦੁਲ ਦੁਲ ਦੇ ਕੋਲ ਆ ਖੜੇ, ਦੁਲ ਦੁਲ। ਫਿਰ ਮੈਂ ਘੋੜਾ ਤੂੰ ਜਾਣਦੇ ਮੈਂ ਅਲੀ ਪੂਰੀ ਜ਼ਿੰਦਗੀ ਤੇਰੇ ਨਾਲ ਸਖਤੀ ਸਿਰ ਹਲਾਉ ਚਾ ਨਹੀਂ ਕੀਤੀ, ਲਗਾਮ ਦੀ ਛਿੱਕ ਪੇਰ ਦੀ ਅੜੀ ਚਾਭਕ ਅਲੀ ਤੈਨੂੰ ਨਹੀਂ ਮਾਰਾ। ਅੱਜ ਮੈਂ ਕੋਈ ਮਦਦ ਵਾਸਤੇ ਆਉਂ ਖੜਾ ਸਰਦਾ, ਜਿਹਦੀ ਮਦਦ ਵਾਸਤੇ ਮੈਂ ਇਹ ਦੁਨੀਆ ਤੇ ਆਇਆ। ਔਖੇ ਸੌਖੇ ਬੋਲ ਛੁੜਾ ਭਾਈ ਅਲੀ ਫਰਮਾਏ, ਉਹ ਖੜਾ ਸਰਦਾ ਕਿਬਲਾਜਿਆਂ ਦੀ ਮਦਦ ਵਾਸਤੇ ਮੈਂ ਇਹ ਦੁਨੀਆ ਤੇ ਆਇਆ। ਅਲੀ ਬਾਦਸ਼ਾਹ ਫਰਮਾਏ, 30 ਕੰਮ ਜਿਹੜੇ ਅੱਜ ਤੇ ਨਹੀਂ ਕੀਤੇ ਨਾ ਅੱਜ ਅਲੀ ਕਰੇ ਸੀ। ਲਗਾਮ ਕੁਛ ਕਿਰੇ ਸਾਂ ਪੇਰ ਦੀ ਏੜੀ ਮਰੇ ਸਾਂ ਚਾ ਫਾਕੀ ਅਲੀ ਮਰੇ ਸੀ। ਜੋ ਮੈਂ ਬਹੁ ਬਾਲੇ ਤੇ ਮੈਂ ਉਹ ਖੜਾ ਸੁਣਿਆ ਜਿਹਦੀ ਮਦਦ ਵਾਸਤੇ ਮੈਂ ਦੁਨੀਆ ਤੇ ਆਇਆ। ਇੱਕ ਹੀ ਗੱਲ ਦਾ ਜਵਾਬ ਦਿਓ ਚਾ, ਹਰ ਬੰਦਾ ਨਦਰੇ ਅੱਲਾ ਨਿਆਜ਼ ਹੁਸੈਨ ਬੋਲ ਕੇ, ਤਾਂ ਕਿ ਮੇਰਾ ਸ਼ੇਰ ਖਾਲੀ ਦਾਦ ਚ ਨਾ ਲਗਾ ਵਜੇ, ਤੁਹਾਡੇ ਦਿਲਾਂ ਤੇ ਨਕਸ਼ ਹੋ ਵਜੇ। ਇੱਕ ਗੱਲ ਦਾ ਜਵਾਬ ਹਰ ਬੰਦਾ ਦੇਵੇ। ਪੀਰ ਅਲੀ ਜੋ ਇਤਨੀਆਂ ਗੱਲਾਂ ਕੀਤੀਆਂ ਬਾਈ ਜਾਨ, ਮਾਮੂਲੀ ਬੰਦੇ ਦੀ ਸਵਾਰੀ ਦਾ ਘੋੜਾ ਤਾਂ ਨਹੀਂ, ਪੀਰ ਅਲੀ ਦੀ ਸਵਾਰੀ ਦਾ ਘੋੜਾ ਹੈ। ਜਦੋਂ ਪੀਰ ਅਲੀ ਚਾਚਾ ਸਹੀ
ਜਿਹੜਾ ਪੀਰ ਅਲੀ ਕਿਬਲਾ ਇਤਨੀਆਂ ਗੱਲਾਂ ਖਿੱਚੀਆਂ ਅਲੀ ਦੀ ਸਵਾਰੀ ਦਾ ਘੋੜਾ ਮੁਰਸ਼ਦ ਅਲੀ ਦਾ ਮੁਖਾਤਬ ਦੀ ਗਾਦਾ ਕਰੋ ਤਕਲੀਫ ਨਾ ਮਾਲਾ ਜ਼ਰਾ ਚਾ ਬਖੀ ਉਠਾਵਣ ਦੀ ਕਰੋ ਤਕਲੀਫ ਨਾ ਮਾਲਾ ਜ਼ਰਾ ਚਾ ਬਖੀ ਉਠਾਵਣ ਦੀ ਮੇਰੀ ਰਫਤਾਰ ਤੋਂ ਦੇਖੋ ਜ਼ਰਾ ਖੈਬਰ ਚ ਜਾਵਣ ਦੀ ਮੇਰੀ ਰਫਤਾਰ ਤੋਂ ਦੇਖੋ ਜ਼ਰਾ ਖੈਬਰ ਚ ਜਾਵਣ ਦੀ ਅਗਰ ਤੇਜ਼ੀ ਤੇ ਆ ਜਾਵਾ ਤੇਜ਼ੀ ਤੇ ਆ ਜਾਵਾ ਹਵਾ ਨੂੰ ਕਰ ਹਵਾ ਦੇ ਵਾਂਗ ਉੱਠਣ ਪਿਛਲੇ ਕਦਮ ਅਗਲੇ ਮੈਂ ਖੈਬਰ ਵਿੱਚ ਟਿਕਾ ਦੇਵਾਂ ਹੱਥ ਬੁਲੰਦ ਕਰਕੇ ਬੋਲ ਬੋਲ ਸਕਦਾ ਤਾਂ ਹੈਦਰੀ ਬਿਸਮਿਲਾ ਬਹੁਤ ਬਹੁਤ ਮਿਹਰਬਾਨੀ ਜ਼ਾਕਰੀ ਮਰ ਗਈ ਸੁਣਨ ਵਾਲੇ ਕੋ ਕਮਜ਼ੋਰ ਥੀ ਗਏ ਕਹੇ ਤੇ ਹਿੱਟ ਕਰਕੇ ਚਾਚਾ ਤੰਜ਼ ਕਰਕੇ ਦਾਦ ਗਿਣ ਗਿਣਨੀ ਕੋਈ ਗੱਲ ਏ ਸਾਈਆਂ ਦੀ ਤਾਂ ਜਾਤ ਰਹਿ ਕੇ ਇਹਨਾਂ ਦੇ ਘਰ 'ਚ ਰੱਖੇ ਨੌਕਰਾਂ ਦੀ ਇਹਨਾਂ ਦੇ ਜਾਨਵਰਾਂ ਦੀ ਤਾਰੀਫ ਨਹੀਂ ਮੁੱਕਦੀ ਅਲੀ ਦੀ ਸਵਾਰੀ ਦਾ ਘੋੜਾ ਮੁਰਸ਼ਦ ਅਲੀ ਦਾ ਮੁਖਾਤਬ ਦੀ ਗੱਲ ਖੜਾ ਹੈ ਕਰੋ ਤਕਲੀਫ ਨਾ ਮਾਲਾ ਜ਼ਰਾ ਚਾ ਬਖੀ ਉਠਾਵਣ ਦੀ ਮੇਰੀ ਰਫਤਾਰ ਤਾਂ ਦੇਖੋ ਜ਼ਰਾ ਖੈਬਰ ਚ ਜਾਵਣ ਦੀ ਮੇਰੀ ਰਫਤਾਰ ਤਾਂ ਦੇਖੋ ਜ਼ਰਾ ਖੈਬਰ ਚ ਜਾਵਣ ਦੀ ਅਗਰ ਤੇਜ਼ੀ ਤੇ ਆ ਜਾਵਾ ਹਵਾ ਨੂੰ ਕਰ ਹਵਾ ਦੇਵਾ ਅਗਰ ਤੇਜ਼ੀ ਬਹੁਤ ਮਿਹਰਬਾਨ ਬੜਾ ਰਾਜ਼ੀ ਹੁਸੈਨ ਦੀ ਅੰਮਾ ਤੁਹਾਡੇ ਤੇ ਰਾਜ਼ੀ ਹੋਵੇ ਇੱਕ ਸਲਵਾਤ ਇਵੇਂ ਪੜੋ ਜੋ ਜ਼ਿਕਰ ਦੇ ਵਾਰਿਸ ਤੁਹਾਡੇ ਸਾਰੇ ਤੇ ਰਾਜ਼ੀ ਹੋਵੇ ਚਾਚਾ ਸਹੀ ਸਾਦਿਕ ਆਲੇ ਮੁਹੰਮਦ ਫਰਮਾਨ ਯਾਨੀ ਕਿ ਸਾਡੇ ਛੇਵੇਂ ਬਾਦਸ਼ਾਹ ਦਾ ਫਰਮਾਨ ਹੈ ਮੌਲਾ ਫਰਮਾਨ ਬਰੋਜ਼ ਮਹਿਸ਼ਰ ਬੜਾ ਰੌਸ਼ਨ ਔਰ ਮੁਨਵਰ ਹੋਸੀ ਹਰ ਉਸ ਬੰਦੇ ਦਾ ਚਿਹਰਾ ਛੇਵੇਂ ਮਾਮ ਦਾ ਫਰਮਾਨ ਹੈ ਬਰੋਜ਼ ਮਹਿਸ਼ਰ ਬੜਾ ਰੌਸ਼ਨ ਔਰ ਮੁਨਵਰ ਹੋਸੀ ਹਰ ਉਸ ਬੰਦੇ ਦਾ ਚਿਹਰਾ ਸਰਕਾਰ ਫਰਮਾਨ ਜਿਹੜਾ ਸਾਡੀ ਦਾਤ ਤੇ ਖੁੱਲ੍ਹੇ ਚਿਹਰੇ ਨਾਲ ਦਰੂਦ ਪੜ੍ਹਦਾ ਹੋਸੀ ਮਿਲ ਕੇ ਸਲਾਮ ਖੁਦਾ ਜਲਵਾ ਦਿਖਾ ਜਾ ਬਾਰਵੀਂ ਸਰਕਾਰ ਦਾ ਹੈ ਖੁਦਾ ਜਲਵਾ ਦਿਖਾ ਬਿਸਮਿਲਾ ਬਾਰਵੀਂ ਸਰਕਾਰ ਦਾ ਹੈ ਖੁਦਾ ਜਲਵਾ ਦਿਖਾ ਜਾ ਬਾਰਵੀਂ ਸਰਕਾਰ ਦਾ ਹੈ ਖੁਦਾ ਜਲਵਾ ਦਿਖਾ ਜਾ ਬਾਰਵੀਂ ਸਰਕਾਰ ਦਾ ਹੈ ਖੁਦਾ ਜਲਵਾ ਦਿਖਾ ਜਾ ਬਾਰਵੀਂ ਸਰਕਾਰ ਦਾ ਸਿਰਫ ਮੈਂ ਨਹੀਂ ਜੀ ਮੇਰੀ ਕੀ ਔਕਾਤ ਹੈ ਟੱਕੇ ਦੀ ਔਕਾਤ ਨਹੀਂ ਜਿੱਥਾਂ ਦੁਨੀਆਂ 'ਚ ਹੁਸੈਨ ਦੇ ਅਦਾਦਾਰ ਵਸਦੇ ਨੇ ਹਰ ਨਮਾਜ਼ 'ਚ ਹਰ ਇਬਾਦਤ 'ਚ ਹਰ ਸਾਹ ਸਾਹ ਨਾਲ ਦੁਆਵਾਂ ਮੰਗਦੇ ਨੇ ਮੇਰਾ ਅੱਲਾ ਮਜਲਸਾ ਰੁੱਖਾਂ ਦੀਆਂ ਫੂੜੀਆਂ ਇਹ ਮੁੱਕਣ ਇਹ ਮਜਲਸਾ ਖਤਮ ਹੋਵਣ ਸੈਦਾਂ ਦੇ ਘਰ ਖੁਸ਼ੀਆਂ ਹੋਵਣ ਅਮੀਨ ਆਖੋ ਜਾ ਸਾਦਾਤ ਦੇ ਵਿਹੜੇ ਵੱਸ ਪਵਣ ਤੁਹਾਡੀ ਤਰਫੋਂ ਜੀ ਭਾਈ ਜਾਨ ਹਰ ਅਦਾਦਾਰ ਦੀ ਤਰਫੋਂ ਬਾਨੀਆਨ ਦੀ ਤਰਫੋਂ ਹੱਟੀਆਂ ਵਾਲੇ ਅਦਾਦਾਰਾਂ ਦੀ ਤਰਫੋਂ ਆਪਣੀ ਤਰਫੋਂ ਆਪਣੇ ਸੋਹਦਿਆਂ ਦੀ ਤਰਫੋਂ ਜੀ
ਮਿੰਬਰ ਰਸੂਲ ਤੇ ਖੜ ਕੇ ਦੁਆ ਖੜਾ ਮੰਗਦਾ ਵਾ ਤਵਾਦਾ ਦਖਣਾ ਐ ਖੁਦਾ ਜਲਵਾ ਦਿਖਾ ਜਾ ਬਾਰਵੇਂ ਸਰਕਾਰ ਦਾ ਐ ਖੁਦਾ ਜਲਵਾ ਦਿਖਾ ਜਾ ਬਾਰਵੇਂ ਸਰਕਾਰ ਦਾ ਐ ਖੁਦਾ ਜਲਵਾ ਦਿਖਾ ਜਾ ਬਾਰਵੇਂ ਸਰਕਾਰ ਦਾ ਐ ਖੁਦਾ ਜਲਵਾ ਦਿਖਾ ਜਾ ਪੁੱਤਰ ਕਹਾ ਕੇ ਸੱਜਣ ਮਰਾ ਕੇ ਪੁੱਤਰ ਕਹਾ ਕੇ ਸੱਜਣ ਨਿਆਜ਼ ਹੁਸੈਨ ਬੋਲੇ ਕਰੋ ਸੱਜਣ ਮਰਾ ਕੇ ਬਿਰਾ ਦੀ ਮੁਹੱਬਤ ਦੇ ਵਰ ਪਾ ਕੇ ਪੁੱਤਰ ਮਰਾ ਕੇ ਸੱਜਣ ਕੁਆ ਕੇ ਬਿਰਾ ਦੀ ਚਾਚਾ ਸਹੀ ਮੁਹੱਬਤ ਦੇ ਜ਼ੇਵਰ ਪਾ ਕੇ ਜੀ ਬਿਸਮਿਲਾ ਆਜ਼ਾਦ ਔਰ ਅਦਾ ਕਿਵੇਂ ਹੋ ਸਕਦਾ ਹੈ ਮੇਰਾ ਅਲਮਲ ਅਬਾਸ ਹੋਏ ਬੇਣੀ ਕੈਦ ਹੋਏ ਸ਼ਾਲਾ ਤਰੀਆਂ ਧੀਆਂ ਦੇ ਪਰਦੇ ਵਨ ਯਾਰ ਬੌਲਾ ਤੱਕ ਵਸਦਾ ਰੱਖੇ ਸੱਜਣ ਮਰਾ ਕੇ ਨਿੱਕਾ ਵੀਰ ਹੁਣ ਬਿਰਾ ਦੀ ਮੁਹੱਬਤ ਦੇ ਬਜ਼ੁਰਗ ਪੜਦੇ ਹੁੰਦੇ ਭਾਈ ਜਾਨ ਬਿਰਾ ਦੀ ਮੁਹੱਬਤ ਦੇ ਜ਼ੇਵਰ ਪਾ ਕੇ ਹੱਥ ਪਸੇ ਗਰਦਨ ਬਣਾ ਕੇ ਬੇ ਪਲਾਣੇ ਉੱਠਾਂ ਦੇ ਸਵਾਰ ਠੀਕ ਹੈ ਚਾਚਾ ਬੇ ਪਲਾਣੇ ਉੱਠਾਂ ਤੇ ਸਵਾਰ ਠੀਕ ਹੈ ਬਿਰਾ ਦੀ ਮਕਤਲ ਚੁਆ ਗੁਜ਼ਰੀ ਉੜਦੀ ਕਣ ਤੇ ਬੈਠ ਜਾ ਤੇ ਪੁੱਛ ਸਜਾ ਦੇ ਕਹਿੰਦੀਆਂ ਲਾਸ਼ਾਂ ਕੌਣ ਸੁੱਤੇ ਬੈਣ ਗੈਰਤ ਦੇ ਮਰੀ ਦੀ ਰਤ ਵਧੀ ਹੈ ਅਖਦਮੋਲੀ ਵੀ ਸੁਣਾਦਾ ਕੋਈ ਪੁੱਤਰੀ ਕੋ ਫਿਰਾਈ ਕੋ ਫਿਰਾ ਦਾ ਮਹਿਮਾਨੀ ਸ਼ਾਲਾ ਤੁਹਾਡੇ ਬੱਚੜੇ ਜੀ ਆਦੀ ਸਜਾਦ ਇਹ ਮੇਰੇ ਲੱਗਦੇ ਨੇ ਹਾਂ ਅੰਮਾ ਇਹ ਸਾਰੇ ਤੁਹਾਡੇ ਲੱਗਦੇ ਸੁੱਤੇ ਪੈਣ ਕੋਈ ਤੁਹਾਡਾ ਪੁੱਤਰ ਹੈ ਕੋਈ ਭਰਾਈ ਕੋਈ ਭਰਾ ਦਾ ਮਹਿਮਾਨ ਅੱਛਾ ਇਹ ਮੇਰੇ ਲੱਗਦੇ ਨਾ ਕਿ ਬੋਲਾ ਸਾਹਿਬ ਅੱਜ ਬਾਅਦ ਜਿਹੜੇ ਇਹ ਮੈਂ ਕੋ ਸ਼ਾਮ ਜਿਹੜੇ ਮੈਂ ਕੋ ਇਹ ਸ਼ਾਮ ਗਿੱਧੀ ਬਹਿੰਦੇ ਨੇ ਇਹਨਾਂ ਕੁਆਕ ਜ਼ਿਆਦਾ ਨਹੀਂ ਥੋੜੀ ਜਿਹੀ ਦੇਰ ਇਤਨੀ ਮੋਹਲਤ ਦੇ ਉਹ ਮੇਰੇ ਸਵਾਰੀਆਂ ਲੈ ਉੱਠ ਪਾਵਨ ਲਾਦੀਆਂ ਵਜਗਲੇ ਦੀਆਂ ਨੇ ਖੱਬਰ ਜਬਰੀਲ ਦਾ ਸਵਾਰ ਪੁੱਤਰਾਂ ਨਾਲ ਤੱਤੀ ਰਹੇ ਤੇ ਸੁੱਤਾ ਕਿਵੇਂ ਮੈਂ ਅਜੇ ਲਾਂਦੀਆਂ ਵਨ ਬੋਲਾ ਗਵਾਏ ਜਿਤਨੇ ਸਾਲ ਹੋ ਗਏ ਜੀ ਪੜਦੇ ਆ ਕਦਾਂ ਕੋਈ ਉਰਿਆਨ ਲਫ਼ ਨਹੀਂ ਪੜਾ ਜੋ ਕਹਿਣ ਦਾ ਦਿਲ ਦੁਖੇ ਜ਼ਾਕਰੀ ਦਾ ਮਕਸਦ ਹੀ ਹੁੰਦਾ ਜੋ ਅਦਬ ਦੀ ਸੋਹਣੇ ਸੋਹਣੇ ਲਫ਼ਜ਼ਾਂ ਦੀ ਪੜੇ ਲਾਂਦੀਆਂ ਇਮਾਮ ਪੁੱਛੇ ਬੀਬੀਆਂ ਦੇ ਸਜਾਦ ਮੇਰਾ ਬਚਣਾ ਇਹਨਾਂ ਕੁਆਖ ਮੈਂ ਲਾਂਦੀਆਂ ਥੋੜ੍ਹੀ ਦੇਰ ਮੋਹਲਤ ਰਿਹੋ ਬਣ ਕੇ ਦੇਖਾ ਤਾਂ ਸਹੀ ਦੇਖਾ ਪਰੇ ਜਬਰੀਲ ਦਾ ਸਵਾਰ ਜਿਹਦੀ ਤਵੱਜੋ ਹੁੰਦੀ ਹੈ ਨਾ ਉਹਦੇ ਬੰਦੇ ਦੀ ਹਾਏ ਨਿਕਲ ਪੈਂਦੀ ਅਜੇ ਪਰੇ ਜਬ ਮੋਹਰੇ ਰਿਸਾਲਤ ਦਾ ਸਵਾਰ ਮਹਿਮਾਨਾਂ ਨਾਲ ਤੱਤੀ ਰੇਤ ਤੇ ਸੁੱਤਾ ਖੇਵੇਂ ਪਏ ਇਮਾਮ ਫਰਮਾਏ ਇਮਾਮ ਸਜਾਦ ਫਰਮਾਏ ਮੇਰੀ ਫੁੱਫੀ ਰੋਂਦੀ ਹੈ ਮੇਰੇ ਤੋਂ ਪਹਿਲੇ ਪ੍ਰੋਫੈਸਰ ਦਾ ਪੜ੍ਹਦੇ ਪੈਣ ਤੇ ਉਸ ਤੋਂ ਮੈਂ ਅੱਗੇ ਦਿਲ ਕੀਤਾ ਜੋ ਮੈਂ ਥੋੜ੍ਹਾ ਜਿਹਾ ਅੱਗੇ ਮਸਾਹਿਬ ਪੜ੍ਹ ਛੋੜਾਂ ਇਮਾਮ ਫਰਮਾਏ ਮੇਰੀ ਫੁੱਫੀ ਰੋਂਦੀ ਹੈ
ਕਮੀਨਿਆਂ ਦਿਨ ਕਹਿ ਦੀ ਸਾ ਕੋਲ ਟਾਈਮ ਕੋਈ ਨਹੀਂ ਪਤਾ ਨੀ ਕਿਹੜਾ ਬੰਦਾ ਜੇ ਕੁਲਫ ਦੀ ਸਮਝ ਆ ਸੀ ਲਫ਼ਸ ਟਾਈਮ ਮੈਂ ਹੱਡੀਆਂ ਲੋਲੀ ਦੀਦੀ ਉੜਦੀ ਕਣ ਤੇ ਤੜਫੀ ਹੈ ਆਦੀ ਸੱਜਾ ਜਿਹਨੇ ਭੇੜਾਂ ਦੇ ਫਿਰਾ ਕੁਛ ਵੇਲੇ ਲੋ ਕੋਈ ਟਾਈਮਾਂ ਦੀਆਂ ਮਹਤਾਜ ਹੋਲੀਆਂ ਜਿਹੜਾ ਕਲਹੋ ਕਾ ਕੁੱਠ ਹੈ ਇਹ ਮੇਰਾ ਫਿਰਾ ਹੈ ਇਹ ਪੁੱਤਰਾ ਮੋਇਆ ਹੁਸੈਨ ਅਲਹਮਦੁਲਿਲਾ 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 ਅਜੇ ਨਾ ਕੁਆਕ ਪੰਜ ਨਾ ਕੁਆਕ ਇਜਾਜ਼ਤ ਨਹੀਂ ਦਿੰਦੇ ਨਾ ਇਹਨਾਂ ਕੁਆਕ ਤੁਹਾਡੇ ਜੁਰਾਤੇ ਤੇ ਮੈਨੂੰ ਸ਼ਾਮ ਲੈ ਵਜੋ ਨਹੀਂ ਵਹਿੰਦੀ ਲਾਸਾਂ ਚਾਚਾ ਜੀ ਬੀਬੀ ਅਜੇ ਨਹੀਂ ਵਹਿੰਦੀ ਲਾਸਾਂ ਕਿਬਲਾ ਨਾ ਦੇ ਮੈਂਬਰ ਸਾਹਿਬ ਲਾਸਾਂ ਆ ਕੇ ਨਾ ਲਹਿ ਪਈ ਥੋੜਾ ਜਿਹਾ ਮਾਮੂਲ ਜਿਹਾ ਬਿਆ ਨਿਆ ਦੇ ਹੁਸੈਨ ਹੈ ਵੀ ਖਰਚਾ ਮੈਂ ਮੌਲਾ ਜ਼ਿੰਦਗੀ ਕਰੀ ਲਾਹਨ ਦੀ ਆਖ ਕੇ ਨਾ ਜਿਹੜੇ ਪਿੱਛੇ ਬਟ ਤੁਹਾਡਾ ਆਵਾਜ਼ ਆ ਨਾ ਪਏ ਅੱਛਾ ਤੁਹਾਨੂੰ ਅੱਛਾ ਬਿਸ ਚਾਚਾ ਲਾਹਨ ਦੀ ਆਖ ਕੇ ਲਹਿ ਪਏ ਇਹ ਦੱਸਾਂ ਨਾ ਚਲੋ ਮੈਂ ਦੱਸਾਂ ਮਜਲੇ ਸਹੀ ਭਾਈ ਜਾਨ ਖਾਨਗੜ੍ਹ ਇਹ ਮੁਜ਼ੱਫਰਗੜ੍ਹ ਹੈ ਨਾ ਸਾਡੇ ਜ਼ਿਲ੍ਹੇ ਲਈ ਤੋਂ ਅਗਲਾ ਜ਼ਿਲ੍ਹਾ ਹੈ ਮੁਜ਼ੱਫਰਗੜ੍ਹ ਨਾਂ ਤਾਂ ਸੁਣਿਆ ਸੀ ਤੁਸੀਂ ਚਲੋ ਉੱਥੋਂ ਮੁਜ਼ੱਫਰਗੜ੍ਹ ਦੇ ਨਾਲ ਇੱਕ ਜਗ੍ਹਾ ਹੈ ਉਹ ਰੋਡ ਦੇ ਉੱਤੇ ਸ਼ਾਇਰ ਹੈ ਖਾਨਗੜ੍ਹ ਅਕੈਡਮੀ ਉੱਥੋਂ ਦੀਆਂ ਮਸ਼ਹੂਰ ਹਨ ਖਾਨਗੜ੍ਹ ਦੀਆਂ ਉੱਥੇ ਮੈਂ ਮਜਲਿਸ ਪੜ੍ਹੀ ਕਿਬਲਾ ਅਤੇ ਸਕਲੈਨ ਘੱਲੂ ਮੇਰੇ ਬਾਅਦ ਪੜ੍ਹਨਾ ਹੀ ਮੈਂ ਖਲੈ ਪਈ ਮੈਂ ਕੁਆਕਤ ਬੰਦੇ ਰੁਣੇ ਨਹੀਂ ਰੋ ਨਹੀਂ ਸਕੇ ਇਹਨਾਂ ਨੂੰ ਸਮਝਾ ਕਿਵੇਂ ਲੈ ਪਈ ਮੈਂ ਕਿਹਾ ਕਿਬਲਾ ਬੰਦਾ ਮਸਤੂਰ ਨਾ ਹੋਵੇ ਮਸਤੂਰ ਬੋਲੋ ਚਾ ਨਾ ਹੋਵੇ ਕੀ ਹੋਵੇ ਮਰਦ ਹੋਵੇ ਦਵਾਰ ਸਾਹਿਬ ਮਸਤੂਰ ਨਾ ਹੋਵੇ ਮਰਦ ਹੋਵੇ ਚਾਚਾ ਬਿਮਾਰ ਨਾ ਹੋਵੇ ਸਿਹਤ ਮੰਦ ਹੋਵੇ ਬੁੱਢੜਾ ਨਾ ਹੋਵੇ ਜਵਾਨ ਹੋਵੇ ਹੁਣ ਦੇਖੇ ਹੱਥ ਇਹ ਬੱਧੇ ਨਾ ਹੋਵੇ ਹੱਥ ਬੱਧੇ ਨਾ ਹੋਵੇ ਹੱਥ ਖੁੱਲੇ ਹੋਵੇ ਖੁੱਲੇ ਹੋਵੇ ਅਲਹਮਦੁਲਿਲਾ ਆਲੀਆ ਮਸਤੂਰ ਹੋਈ ਪਤਾ ਨਹੀਂ ਕੋਈ ਬੰਦਾ ਕਹਿ ਬੈਠਾ ਦੂਜਿਆਂ ਨਾਲ ਹੱਡੀਆਂ ਲਿਆ ਉੜਦੇ ਘੋੜੇ ਤੇ ਕਾਂਧੇ ਚ ਬੜਾ ਫਰਕ ਹੁੰਦਾ ਹੈ ਅੱਲਾ ਜਾਣਦੇ ਆਪਾਂ ਦੇ ਬਾਦੂ ਕੱਢੀ ਗਏ ਹੈ ਲਲੀ ਦੀਦੀ ਦੇ ਹੱਥ ਪਾ ਬੰਦਾ ਰੋਵੇ ਤੇ ਅਲਮ ਸਾਦਾ ਮਾਫ ਕਰੇ ਅੱਬਾ ਅਸੀਂ ਜਣਾ ਆਲੀ ਹੀ ਜਣੀ ਹੈ ਅਲਹਮਦੁਲਿਲਾ ਅਲਹਮਦੁਲਿਲਾ ਲਹਿ ਪਈ ਪੜੋ ਥੋੜਾ ਥੋੜਾ ਪੜੋ ਤੁਹਾਡਾ ਦਿਲ ਆਖੋ ਤਾਂ ਦੁਆ ਮੰਗੋ ਚਾ ਨਿੱਕਾ ਚਾਨ ਵੀਰ ਪੜੋ ਥੋੜਾ ਜਿਹਾ ਅੱਛਾ ਤਰੱਕੀ ਦੇ ਸੋਹਣੇ ਸੋਹਣੇ ਲਾਭ ਸਿੰਘ ਜੀ ਲਹਿ ਪਈ ਇੱਕ ਗੱਲ ਦਾ ਜਵਾਬ ਦਿਓ ਨਿਆਦ ਹੁਸੈਨ ਮੈਂ ਆਖਿਆ ਲਹਿ ਪਈ ਕਿੱਥਾ ਲੱਥੀ ਮਕਤਲ ਚ ਲਾਸ਼ਾਂ ਦੀ ਅੱਧ ਚ ਲਹਿ ਪਈ ਅਗਰ ਮੇਰੇ ਸਾਰੇ ਲਫ਼ਜ਼ਾਂ ਦੀ ਤੁਹਾਨੂੰ ਸਮਝ ਆਵੇ ਸਰੱਕੀ ਦੇ ਲਾਭ ਸਿੰਘ ਚਾਚਾ ਮਕਤਲ ਜੋ ਲਹਿ ਪਈ ਫਿਰ ਕੀ ਹੋਵਿਆ ਉੱਠ ਕੇ ਭਿਰਾ ਵਾਲੇ ਪਾਸੇ ਟੁਰ ਪੋਵਿਆ ਭਿਰਾ ਕੋਲ ਲੱਗੀ ਆਵਿਆ ਆਈ ਭਿਰਾ ਕੋਲ ਆਈ ਅੱਲਾ ਜਾਣੇ ਕਿਹੜੀ ਮਜਬੂਰੀ ਭਿਰਾ ਤੇ ਪਹੁੰਚਣਿਆਂ ਤੱਕ ਬੀਬੀ ਨੌ ਦਫ਼ਾ ਮਿੱਟੀ ਤੇ ਬੈਠੀ ਵੱਤ ਉੱਠੀ ਰੋ ਸਕਦਾ ਇਹ ਗੱਲ ਸਾਹਮਣੇ ਸਤਵਾਂ ਕਦਮ ਚਾਇਆ ਮੇਰਾ
ਦਾ ਸੱਜਾ ਹੱਥ ਨਜ਼ਰ ਆਏ ਹੱਥ ਜਿਹਦੀਆਂ ਉਂਗਲੀਆਂ ਚਾਰ ਲਾਦੀਆਂ ਮਦੀਨੇ ਅਲਾ ਹੁਸੈਨ ਤੂੰ ਏ ਮੇਰਾ ਬਿਰਾ ਅਲਹਮਦੁਲਿਲਾ 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 ਕੋਲ ਆਈ ਬਿਸਮਿਲ੍ਲਾ ਕਿਆ ਬਾਤ ਮੌਲਾ ਗਵਾਹ ਹੈ ਇਮਾਮ ਹੁਸੈਨ ਦਾ ਦਵਾਰ ਹਾਂ ਗੁਨਾਹਗਾਰ ਹਾਂ ਮੇਰੀ ਤਵੱਕੋ ਤੋਂ ਜ਼ਿਆਦਾ ਤੁਸੀਂ ਜ਼ਿਹਨ ਮੈਂ ਤੁਹਾਡੇ ਮਿਲ ਗਏ ਮੇਰੇ ਨਾਲ ਤੁਰ ਪਈ ਤੁਰ ਪਈ ਇੱਥੇ ਮੈਂ ਆਪਣੇ ਬਾਬੇ ਦਾ ਇੱਕ ਲਫ਼ਜ਼ ਆਖਾਂ ਹੈ ਚਲੋ ਜ਼ਾਕਰੀ ਹੁਣ ਜ਼ਾਕਰ ਆਦਨ ਜੋ ਸਾਕੂ ਸੁਣਨ ਵਾਲਾ ਬੰਦਾ ਗ੍ਰੈਜੂਏਸ਼ਨ ਹੋਵੇ ਪੜ੍ਹਿਆ ਲਿਖਿਆ ਹੋਵੇ ਜ਼ਾਕਰੀ ਸ਼ਾਇਦ ਦਾ ਨਾਂ ਨਹੀਂ ਆਉਂਦਾ ਪਿਛਲੇ ਭਾਈ ਜ਼ਾਕਰੀ ਇਸ ਗੱਲ ਦਾ ਨਾਂ ਨਹੀਂ ਆਉਂਦਾ ਜ਼ਾਕਰੀ ਦਾ ਮਕਸਦ ਹੁੰਦਾ ਜਿਤਨੇ ਆਏ ਬੈਠਣ ਹਰ ਬੰਦਾ ਗੱਲ ਸਮਝੇ ਚਾਚਾ ਜਿਤਨੇ ਅਦਾਦਾਰ ਆਏ ਬੈਠਣ ਸਰੈਕੀ ਜ਼ਾਕਰੀ ਦਾ ਮਕਸਦ ਇਹ ਹੁੰਦਾ ਬਈ ਉਹ ਹਰ ਬੰਦਾ ਮੌਲਾ ਦੇ ਜ਼ਾਕਰ ਦੀ ਗੱਲ ਸਮਝੇ ਮੇਰਾ ਬਾਬਾ ਇੱਕ ਗੱਲ ਸਮਝਾਉਣ ਵਾਸਤੇ ਪੜ੍ਹਦਾ ਹੁੰਦਾ ਸੀ ਮੁਹੰਮਦ ਅਲੀ ਖਾਨ ਪੜ੍ਹਦਾ ਹੁੰਦਾ ਸੀ ਦੂਰ ਦਿਵਸ ਦੀ ਭੈਣ ਹੋਵੇ ਕੀ ਹੋਵੇ ਦੂਰ ਦਿਵਸ ਦੀ ਭੈਣ ਹੋਵੇ ਦੂਰ ਦਿਵਸ ਦੀ ਬੋਲੋ ਮੋਟ ਲਾਓ ਚਾ ਭੈਣ ਹੋਵੇ ਅਚਾਨਕ 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 ਆ ਦਿਓ ਨਾ ਇਤਲਾ ਵਨ ਮਿਲੇ ਤੇਰਾ ਬਿਰਾ ਮਰ ਗਏ ਜਿਹਦੀ ਸਿਆਣੀ ਹੋਵੇ ਬਿਰਾ ਦੀ ਮੌਤ ਦਾ ਸੁਣਦੀ ਘਰਾਂ ਦੇ ਚੰਦਰੇ ਭੁੱਲ ਵੈਨ ਤਾਲੇ ਭੁੱਲ ਵੈਨ ਪੈਰੇ ਨਾ ਲੈਣ ਬੁਲਵੇ ਦੀ ਇਹ ਬੁਰਕਾ ਬੁਰਕਾ ਚਾਦਰ ਬੁਲਵੇ ਦੀ ਹੱਥ ਦੀ ਰੱਖੀ ਚੀਜ਼ ਟਾਟੀਆਂ ਲਓ ਹੁਸੈਨ ਦਾ ਵਾਸਤਾ ਬੁਲਾਏ ਨਹੀਂ ਲੱਭਦੀ ਜਿੱਥੇ ਖੜੀ ਹੋਵੇ ਸਵਾਰੀ ਦਾ ਇੰਤਜ਼ਾਰ ਨਹੀਂ ਕਰੇ ਦੀ ਬਿਰਾ ਵਾਲੇ ਪਾਸੇ ਦੌੜ ਪਾਉਂਦੀ ਆ ਦਿਓ ਬਾਲਾ ਨੱਥੀ ਮੈਂ ਆਉਂਦੀ ਪਈ ਬੋਲੋ ਹੁਸੈਨ ਦਾ ਵਾਸਤਾ ਵੇ ਇਵੇਂ ਗੱਲ ਹੈ ਨਾ ਅੱਜ ਉਬਾਲੀ ਤਿਆਰੀ ਨਾ ਕਰੇ ਭੈਣ ਨੂੰ ਆਵਣ ਨੇ ਮੈਂ ਕਈ ਵਾਰੀ ਡਿੱਠੀ ਵਧਾ ਅੱਖੀ ਨਾਲ ਤੁਸੀਂ ਜਿਹੜੇ ਡਿੱਠੀ ਬੈਠੇ ਹੋ ਨਾ ਵੀ ਇਹ ਨਾ ਬੋਲਣ ਜਿਹੜੇ ਅੱਖੀ ਨਾਲ ਇਹ ਮੰਦਰ ਵੇਖੀ ਬੈਠਣ ਉਹ ਬੰਦੇ ਹਰ ਅਦਾਦਾਰ ਦੇ ਕਦਮਾਂ 'ਤੇ ਹੱਥ ਹੈ ਇਮਾਮ ਹੁਸੈਨ ਦਾ ਵਾਸਤਾ ਵੇ ਬੋਲਾ ਹੈ ਮੇਰੀ ਗੱਲ ਦੀ ਗਵਾਹੀ ਦਿਵਾ ਮੈਂ ਕਈ ਵਾਰੀ ਡਿੱਠੇ ਚਾਚਾ ਅੱਜ ਭੈਣ ਸਫ਼ਰ ਚੋਵੇ ਬੰਦੇ ਜਨਾ ਦਾ ਟਕਰਾ ਛੁੜੇ ਦਿਲ ਲੇਕਿਨ ਬੈਣ ਦੇ ਇੰਤਜ਼ਾਰ ਕਈ ਕਈ ਘੰਟੇ ਫਿਰਾ ਦਾ ਮਈਅਤ ਰੱਖ ਛੁੜੇ ਦਿਲ ਅੱਲਾ ਗਵਾਏ ਹੱਟਿਆ ਲਿਓ ਜਨਾ ਦੂਰ ਦਿਵਸ ਦੀ ਬੈਣ ਬਿਰਾ ਦੀ ਮਈਅਤ ਦੇ ਕੋਲ ਆ ਵਜੇ ਵਹਿਣਾ ਤੂੰ ਪਤਾ ਲੱਗਦਾ ਪਿਆ ਹੁੰਦਾ ਇਹਦਾ ਮਰਨ ਵਾਲੇ ਨਾ ਰਿਸ਼ਤਾ ਕੇ ਜਨਾ ਦੂਰ ਦਿਵਸ ਦੀ ਭੈਣ ਫਿਰਾ ਦੀ ਮਈਅਤ ਆ ਵਜੇ ਭਾਵੇਂ ਜਨ ਲੋਕ ਜਮਾਵੇ ਲਿਖ ਮੈਂ ਤਾਂ ਮੋਢਾ ਲਾ ਕਦੇ ਰਾਹ ਛੋੜੋ ਗਰੀਬ ਦੀ ਭੇੜ ਆ ਗਈ ਮੈਂ ਸਦਕਾ ਵਜਾ ਹੁਸੈਨ ਦੀ ਭੇੜਾ ਤੂੰ ਸਫ਼ਰ ਕੋਈ ਨਾ ਭੇੜ ਇਤਰਾ ਪੂਰਾ ਨਹੀਂ ਲੰਘੇ ਫਿਰਾਵਾਂ ਕੋਲਾਈਆਂ ਅਲਹਮਦੁਲਿਲਾ ਅਲਹਮਦੁਲਿਲਾ ਹੁਣ ਹਰ ਬੰਦਾ ਸਮਝ ਗਿਆ ਨਾ ਗੱਲ ਹਰ ਬੰਦਾ ਰੋ ਪਏ ਇੱਕ ਹੋਰ ਗੱਲ ਬਿਰਾ ਦੇ ਕੋਲ ਆਈ ਪੜੂ ਚਾਰ ਪੰਜ ਮਿੰਟ ਹੋਰ ਦੁਆ ਮੰਗੂ ਚਾ ਅੱਛਾ ਬਿਸ ਤੁਹਾਡੀ ਤਵਜੋ ਮੈਂ ਤੁਹਾਡੀ ਰੂਟੀਨ ਦਾ ਨਹੀਂ ਪਤਾ ਨਾ ਮੈਂ ਵਜ੍ਹਾ ਕੋਲ ਤੁਹਾਡੇ ਕੋਲ ਪੁੱਛਦਾ ਖਾਣਾ ਤੁਹਾਡਾ ਮਹਿਮਾਨ ਆ ਬਿਰਾ ਦੇ ਕੋਲ ਆਈ ਬਾਈ ਜਨ ਮੈਂ ਰੋੜੀ ਖਾਏ ਮੈਂ ਰੋੜੀ ਖਾਏ ਅੱਲਾ ਵਾਸਤੇ ਬਿਰਾ ਦੇ ਕੋਲ ਆਈ ਜੇ ਮੇਰਾ ਬਾਬਾ ਪੜਦਾ ਹੁੰਦਾ ਆਈ ਪੱਥਰਾਂ ਦੇ ਢੇਰ ਦੇ ਕੋਲ ਵਾ ਖੜੀ ਏ ਨਹੀਂ ਸਮਝੀ ਤੁਸੀਂ ਗੱਲ ਨਿੱਕੀ ਭੈਣ ਦੇ ਕਦੀ ਖੜੀ ਭੈਣ ਡਿੱਠਾ ਗੱਲ ਅਲਹਮਦੁਲਿਲਾ 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 ਜਿਵੇਂ ਤੁਸੀਂ ਸੁਣੋ ਜਿਵੇਂ ਤੁਸੀਂ ਸੁਣੋ ਮੈਂ ਉਵੇਂ ਪੜਾਂ ਦੋ ਗੱਲਾਂ ਯਾ ਓਲੇ ਅਮਰ ਦੀ ਧੀ ਹੀ ਓਲੇ ਅਮਰ ਦੀ ਧੀ ਪੱਥਰਾਂ ਕੋ ਹੁਕਮ ਨੀ ਦੱਸ ਮੇਰੇ ਫਿਰਾਓ ਦੀ ਲਾਸ਼ ਤੂੰ ਹਟੋ ਯਾ ਰੁੱਦੇ ਹੱਥਾਂ ਨਾਲ ਅਲੀ ਦੀ ਧੀ ਫਿਰਾਓ ਤੂੰ ਪੱਥਰ ਹਟਾਏ ਹੁਸੈਨ ਦੀ ਲਾਸ਼ ਬਰਾਮਦ ਹੋਈ ਇਹ ਗੱਲ ਚੁੰਮ ਕੇ ਦੀ ਬੈਠੀ ਬੋਲ ਮਦੀਨੇ ਅੱਲਾ ਹੁਸੈਨ ਤੂੰ ਏ
जकू मेरी मां औखा पालै जंदे बचड़ा कुस गैल हुसैन तू है मौला दवा सवे जड़ा बंदा पूरी जिंदगी नहीं रुना वो हुसैन दा सवे मेरा दिखाए जरा बार बार अखस बोल शबीर नहीं बोले मुलाली दीदी रुदे हाथ नाल मातम करके दे नहीं बोले ना मैं चोखा रहना है देख तो सही मैं रसिया पाती खड़िया मैं शाम टूरी वे दिया अल्हम्दुलिल्लाह अल्हम्दुलिल्लाह जरा अखस बोल जी दू गाल जा पत्थर को हुक्म दितस मेरे भरा दी लाश छोड़ो या इन पत्थर हटे क्या बात है यार मौला गवाए बड़ी खलूस है मजले से इमाम हुसैन की कसम में बहु रूहानिया थे बिस्मिल्लाह बोल बोल मेरा भरा तू है पर जिब्रील दा सवार तू है देखो हथ जुल्फा लेके जदा मोहम्मद महारा बनदा मारा बनदा वो हुसैन तू है मेरा भरा तू है बोले बोले चाचा जरा बार बार सनत नाखत बोल उले हुसैन दे गल च एक आवाज आई है आवाज आई है भेड़ तो आपको हुसैन दवाते जितने बैठे हो हर बंदे दा कोई ना कोई ऐसा सजन प्यारा होंदा है ऐसा सजन प्यारा होंदा है दुखा वे बंदा उस सजन दी तांग रख बांदा है मैं फुलाना सजन आसी मैं उनको दुख दे हाल दे सा ये सुख आवे तो वातियों सजन दी इंतजार होंदी है वो आसी मैं को दुखा दे हाल दे सा ये उनके नाल खुशी बने सा तड़ा कर बोल वाले गले जो आ गई है भेड़ तुम्हें नहीं आती भैवाला वे मैं कलों का गुटा मैंने बचने मारे मैंने मेहमान कुटल मैंने कोला माये बाबा है नाना है मैं पूरी रात तेरे राह दोने दरिया अल्लाह गवाह है केड़ा पत्थर दिल बनाओ सी जड़ा लड़ो सी जड़ा खदरा ने दरिया विराद गल चुप के दी बैठी है हुसैन जड़िया भेड़ लुटिया बने उलाल भिरा नहीं रुसने तू टुरे मैं लुटी गई मैं नरिया कोई नहीं मैं झिड़का चले दी रही अल्हम्दुलिल्लाह अल्हम्दुलिल्लाह मैं को नहीं पता मैं पहली दफा आया जी मैं थोड़े मिजाज रल गए सारे कच्छी देख शायर हैं सही सैदन मरहूम छीना दे बखर दे नाल एक जगह छीना बड़ा उन्हें लिखा जी आखो तो मैं उन्हें कलाम तक सुनावा बिरा द गल चुमदी बैठिए बड़े सादे अल्फाज ने हर बंदा समझ सी भाई जन बिरा द गल चुमदी बैठिए चाचा बिरा नल गल्ला करेंदी बैठिए बुलेंदी बैठिए कम अज कम 90 साल 95 100 साल हो बड़ी गल कोई नहीं 80 तो उत्ते उत्ते तक नू है जड़ा सुन वेंदा पिया गल चुमदी बैठिए रोंदी बैठिए रो रो के आदी बैठिए मैं कोई जा नहीं जा जत ढई होंदी मैं कोई जा नहीं जा जत ढई होंदी मैं कोई जा नहीं जा जत ढई इज्जत इजाजत इजाजत ढई होंदी पे मिली होंदी मैं कोई जा नहीं क्या कर क्या कर होंदी कुछ नाल फिरा दे गई होंदी शहादत थई होदी मदीनाल शहादत थई हो क्या बात है भाई बिस्मिल्लाह करां हुण कोई बंदा नहीं जेड़ा नरुन्ना बैठा रुन्नी है आदि बैठी है हुसैन हुसैन अरमान मोमिन ही करमा होने जेड़ा तेरी भेड़ को कब्र च न भूल सी गल चादी एदा वड़ा केड़ा दुखी रुन्नी है रोकिया दी बैठी है मेरे घर दा तरका लुट गिन दे मेरे घर दा तरका लुट गिन दे
ਅਲਹਮਦੁਲਿਲਾ ਅਲਹਮਦੁਲਿਲਾ ਹੱਥ ਰੱਪੇ ਤੇ ਕਰੋ, ਕੋਈ ਗੱਲ ਨਹੀਂ, ਤਕਲੀਫ ਆਉਂਦੀ ਪਈ ਹੁੰਦੇ ਨਾ, ਹੱਥ ਰੱਪੇ ਤੇ ਕਰੋ। ਮੌਲਾ ਗਵਾਏ ਬੜਾ ਰੋ ਬੈਠੇ ਬਿਸਮਿਲਾ ਮੈਂ ਜੀ ਬਿਸਮਿਲਾ ਰੋਂਦੀ ਬੈਠੀ ਰੋ ਕਹਿ ਬੈਠੀ ਮੈਂ ਘਰ ਦਾ ਤਰ ਕਾ ਲੁੱਟ ਗਿਣਦੇ ਮੈਂ ਘਰ ਦਾ ਤਰ ਕਾ ਲੁੱਟ ਗਿਣਦੇ ਇੱਕ ਪੁਰ ਕਾਚਾ ਧਰ ਰਹੀ ਹੋਦੀ ਇੱਕ ਪੁਰ ਮੇਰਾ ਦਿਲ ਆਦੇ ਤੁਸੀਂ ਜਿਹੜੇ ਬੈਠੇ ਹੋ ਜਾਂ ਜਿਹੜੇ ਖੜੇ ਹੋ ਮੈਂ ਗੁਨਾਹਗਾਰ ਤਾਂ ਹਾਂ ਲੇਕਿਨ ਇਤਨਾ ਸੋਚੋ ਜੋ ਮੈਂ ਹੁਸੈਨ ਦਾ ਦਵਾਰ ਤਾਂ ਹਾਂ ਨਾ ਮੈਂ ਇੱਕ ਦਫ਼ਾ ਨਹੀਂ ਤਰਾਏ ਦਫ਼ਾ ਦਾ ਦਵਾਰ ਹਾਂ ਤੁਹਾਡੇ ਕਦਮਾਂ 'ਤੇ ਹੱਥ ਹੈ ਅਗਰ ਤੁਸੀਂ ਥੱਕੇ ਨਹੀਂ ਮੈਂ ਬੈਠੇ ਨਾ ਤਾਂ ਮੈਂ ਤੁਹਾਨੂੰ ਖਾਦਮ ਹੁਸੈਨ ਆਸਫੀ ਦਾ ਇੱਕ ਵੈਂਡ ਸੁਣਵਾਂਦਾ ਅਗਰ ਹੱਟੀਆਂ ਲਓ ਤੁਸੀਂ ਉਸਦੇ ਬਾਰੇ ਜਾਣਦੇ ਹੋਵੇ ਜਾਂ ਨਹੀਂ ਆਸਫੀ ਸਾਹਿਬ ਉਹ ਹਸਤੀ ਆਈ ਬਾਦਰ ਅਜਬਾਣੇ ਮਜਲਿਸ ਆਈ ਬਾਦਰ ਅਜਬਾਣੇ ਸ਼ੋਰਕੋਟ ਦੇ ਨਾਲ ਜ਼ਿਲ੍ਹਾ ਜੰਗ 'ਚ ਮਜਲਿਸ ਇੱਕ ਦੀ ਪੜ੍ਹੀ ਕਿਬਲਾ ਦਵਾਰ ਸਾਹਿਬ ਇੱਕ ਦਿਨ ਆਸਫੀ ਸਾਹਿਬ ਪੜ੍ਹੀ ਦੂਸਰੇ ਦਿਨ ਪੜ੍ਹਨੀ ਹੈ ਦੋ ਦਿਨਾਂ ਦਾ ਜਲਸਾ ਆਈ ਚਾਚਾ ਰਾਤੀ ਇੱਕ ਦਿਨ ਪੜ੍ਹ ਕੇ ਆਸਫੀ ਸਾਹਿਬ ਕੋ ਬੁਖਾਰ ਹੋ ਗਿਆ ਉਹ ਬਾਨੀਆਂ ਡਾਕਟਰ ਸਾਡਾ ਬਈ ਸਾਡੇ ਜ਼ਾਕਿਰ ਨੂੰ ਬੁਖਾਰ ਹੈ ਉਹ ਆਖਾ ਜੀ ਦਵਾ ਦੀ ਜ਼ਰੂਰਤ ਨਹੀਂ ਮੈਨੂੰ ਮੁਸੱਲਾ ਵਿੱਚ ਆ ਦਿਓ ਵੁਜ਼ੂ ਦਾ ਪਾਣੀ ਆ ਦਿਓ ਮੈਂ ਕੋਲ ਗਲਤੀ ਥਈ ਹੈ ਮੈਂ ਤਸੇ ਹੁਸੈਨ ਦੇ ਮਿੰਬਰ 'ਤੇ ਬਹਿ ਕੇ ਪਾਣੀ ਚਪੀਤਾ ਕਿਆ ਕਮਾਲ ਲੋਕ ਹਨ ਮੌਲਾ ਗਵਾਏ ਕਿਆ ਜ਼ਾਕਿਰ ਹਨ ਕਿਆ ਉਹਨਾਂ ਦਾ ਅਕੀਦਾ ਹੈ ਚਾਚਾ ਚਾਚਾ ਮੈਂ ਆਸਫੀ ਸਾਹਿਬ ਦਾ ਕਲਾਮ ਪੜ੍ਹਦਾ ਔਰ ਬੰਦਾ ਚਾਚਾ ਜੀ ਮਾਂ ਨਾਦੇ ਅਲੀ ਪੜ੍ਹ ਕੇ ਨਾ ਦੁੱਧ ਪਿਲੈਂਦੀ ਹੈ ਅਤੇ ਬੰਦਾ ਹੁਸੈਨ ਦੀ ਮਜਲੇ ਸਜਾਉਂਦਾ ਤੁਸੀਂ ਜਿਤਨੇ ਬੈਠੇ ਹੋ ਮੇਰੇ ਪਿਓਾਂ ਜਿਹੜੇ ਮੇਰੇ ਪਿਓਾਂ ਤੋਂ ਵੱਡੇ ਮੇਰੇ ਹਮ ਉਮਰ ਮੈਂ ਤੂੰ ਛੋਟੇ ਜਿਤਨੇ ਹੀਵੇ ਹੀਵੇ ਤਾਂ ਹੁਸੈਨ ਦੇ ਆਧਾਰ ਨਾ ਮੈਂ ਤੁਹਾਡੇ ਕਦਮਾਂ 'ਤੇ ਹੱਥ ਰੱਖਦਾ ਚਾਚਾ ਤੁਹਾਡੇ ਕਦਮਾਂ 'ਤੇ ਆਪਣਾ ਮੂੰਹ ਰੱਖ ਕੇ ਨਾ ਇੱਕ ਗੱਲ ਦਾ ਜਵਾਬ ਪੁੱਛਦਾ ਤੁਹਾਨੂੰ ਮੌਲਾ ਹੁਸੈਨ ਦਾ ਵਾਸਤੇ ਰੋਵੋ ਨਹੀਂ ਇਹ ਹੋਂਠ ਹਲ ਪੋਵੇਨ ਇਹ ਜ਼ਬਾਨ ਹਲ ਪੋਵੇ ਮੇਰੀ ਗੱਲ ਦਾ ਜਵਾਬ ਦੇਵੇ ਚਾਚਾ ਭਰਾ ਕੁਝੋ ਭਾਈਜਾਨ ਮਿਲੀ ਕਿਹਨੂੰ ਮਿਲੀ ਭਰਾ ਕੁਝੋ ਮਿਲੀ ਉਸ ਜਗ੍ਹਾ 'ਤੇ ਨਾ ਹੀ ਉਹ ਸੀ ਜਿੱਥੇ ਉਹ ਸੁੱਤਾ ਪਿਆ ਜੇਕੋ 18 ਸਾਲ ਬੁਰਕਿਆਂ 'ਚ ਫਲੈਂਦੀ ਰਹੀ ਹੈ ਇਤਨੀ ਹਾਏ ਕਰਨ ਵਾਲਾ ਬੰਦਾ ਤੇਰੀ ਹਾਏ ਸੁਣੇ ਵਹਿਣ ਵਾਸਤੇ ਤਿਆਰ ਸੀ ਪੁੱਤਰ ਦੀ ਲਾਸ਼ ਤੋਂ ਹੱਟੀ ਅਲੀ ਅਕਬਰ ਦੀ ਲਾਸ਼ ਦੇ ਕੋਲੋਂ ਆ ਖੜੀ ਹੱਥ ਪਸੇ ਗਰਦਨਨ ਰੁਨੀ ਹੈ ਪੁੱਤਰ ਤੋਂ ਦੇਖ ਕੇ ਜਿਹੜੀ ਗੱਲ ਕੀਤੀ ਸੁਣਾਵਾ ਰੁਨੀ ਹੈ ਰੋ ਕੇ ਆਦੀ ਬੈਠੇ ਮੈਂ ਨਾ ਪੁੱਤਰ ਅਕਬਰ ਜ਼ਰਾ ਦੇਖ ਤਾਂ ਸਹੀ ਅਲਹਮਦੁਲਿਲਾ ਭਾਈ ਬਿਸਮਿਲਾ ਚਾਚਾ ਹੁਸੈਨ ਵਾਸਤਵੇ ਕਦਮਾਂ ਤੇ ਹਾਥੀ ਵੇ ਮੌਲਾ ਦੇ ਆਦਾਰੀ ਵੇ ਮੈਂ ਕੁਮਾਫੀ ਦਿਵਾਏ ਜਿਹੜਾ ਬੰਦਾ ਪੂਰੀ ਦੀ ਜ਼ਿੰਦਗੀ ਨਹੀਂ ਰੁਣਾ ਉਹ ਮੇਰੇ ਲੇਖੇ ਆਲੀਆ ਸੈਣ ਆਈ ਆਲੀਆ ਸੈਣ ਆਈ ਇਸ ਤੋਂ ਬਾਅਦ ਜਿਹੜੇ ਧੀਆਂ ਲੈ ਬੈਠੇ ਹੋ ਇਸ ਤੋਂ ਬਾਅਦ ਕੌਣ ਆਈ ਇਸ ਤੋਂ ਬਾਅਦ ਇੱਕ ਬੀਬੀ ਆਈ ਹੈ ਜਾਂਦੇ ਕੰਨਾਂ ਚੋਂ ਤਾਰੀ ਰਾਤ ਜਾ ਰਹੀ ਹੈ ਜਾਂਦਾ ਅੱਬਾਸ ਮਾਸ਼ਕੀਆ ਮਾਸੂਮਾ ਸੈਣ ਆਈ ਫਿਰਾ ਉਹਦਾ ਮੂੰਹ ਚੁੰਮਾ ਹੱਥ ਚੁੰਮਾ ਨਹੀਂ ਖੇੜੀ ਜਾ ਤੇ ਬਹੁਤ ਸਾਰੀ ਤੇ ਹਾਂ ਭਾਈ ਬਿਸਮਿਲਾ ਕਰਾਂ ਚਾਚਾ ਚਾਚਾ ਮੈਂ ਮੌਲਾ ਗਵਾਇਆ ਕਰਾਂ ਛੋੜ ਕੇ ਵੇਲਾ ਫੜਾ ਨਹੀਂ ਤੁਹਾਡੀ ਚਿੱਟੀ ਦਾੜੀ ਹੈ ਮੇਰੇ ਫਿਵਾਂ ਜੇ ਰੇ ਮੈਂ ਤੁਹਾਡਾ ਅੱਖਾਂ ਮੰਨਦਾ ਥੋੜ੍ਹਾ ਮੇਰਾ ਪੁੱਤਰ ਉੱਚਾ ਕਰ ਚਿਕਾ ਨਾ ਕੀਤਾ ਕਰ ਨਿਆਦ ਹੁਸੈਨ ਜਿਹੜੀ ਭੈਣੀ ਨੇ ਫਿਰਾ ਬੈਠਿਓ ਨਿੱਕਾ ਵੀਰ ਹਰ ਬੰਦੇ ਦੀ ਭੈਣ ਹੈ ਬਿਰਾਹ ਤੇ ਦੁੱਖ ਆਵੇ ਨਾ ਤੇ ਭੈਣ ਬਿਰਾਹ ਦਾ ਦੁੱਖ ਸੁਣੇ ਬੁਰਕਾ ਚਾਦਰ ਨਾਲੈਨ ਪਹਿਲੇ ਦੱਸ ਗਿਆ ਭੁੱਲ ਪੈਂਦੀ ਹੈ
चाचा फेरा दे कोल आवे ना, पहले पहले दे कितना चोट लगी हुई, किस जगह ते चोट लगी हुई, हाथ ते मुंह ते मासूमा छेड़ी अकबर दिलाश दे आई कड़ी दा चुमी रखे मेरे पास आ भाई रखा रखा मत मासूमा ना एक गाल पूछे बिस्मिल्लाह भाई मौला गवाए छोड़ी बहना है हुसैन दवा सही दवार से मौला गवाए थाने मोहब्बत एहतराम कर दे भैन फरदा मासूमा सैन आई मासूमा सैन आई जड़े आखिरी बंदे तक बैठे हो वैन न कर सकाए इतनी हाय कराए ना अल्लाह बंदा थोड़ी हाय सुने बरोज में शर थोड़ी हाय धकवा पड़े हालिया बीबी आई इस तू बाद मासूमा आई इस तू बाद बीबी आई है जंदे हत्था ते ताजी मेहंदी आई आसम दी बेवाई अकबर दी लाश रुनिए रोके कड़ी गला दिए भाई आई बाण फिरा दी लाश उदा आख जीवा के दिया सुदे अकबर अरमान है पे की नगरी विच अरमा हुसैन वास रखे पे की नगरी विच मैं अपना करीम अल्लाह इबादत कबूल फरमा सदका मोहम्मद और आले मोहम्मद बानियान दी फोड़ी भी छाई जाकरीन उलमा दी पढ़ाई मैं गुनागार दी नौकरी अल्लाह कबूल फरमा मोहम्मद और आले मोहम्मद सदका मिला अल्लाह घर बस्तियाँ ता क़यामत तक आबाद शाद रहन जिथे बतूल दे पुत्र दी फूड़ी भी छे वेन मेरे अल्लाह जड़े हाजिर हैं गुनाह माफ़ फरमा उलमा दी पढ़ाई जाकरीन दी मैं गुनागार दी नौकरी अल्लाह कबूल फरमा सारे दी नौकरी अल्लाह कबूल फरमा बानियान दे मार इस कौला जान च अल्लाह बरकत अता फरमा बच्चों की हाथी दराज फरमा जड़े बे औलाद हैं ऊ सैन दी खाली झोली दा वास्ते जड़ी अद्धी रात तो बाद ढली ही रात तो बाद उठी बाव्या आसे पासे हाथ मार के आखे असगर माँ रुल गई है ऊ बीवी दी खाली झोली दा वास्ते मैं अल्लाह जड़े बे औलाद इन अल्लाह औलाद नरीना ता फरमा जड़े बे जुर्म कैद इन मौला रदा दे बाबे दी कैद दा सदका अल्लाह मोमिनीन ने कैद रिहाई अता फरमा जड़े दुखे इमाम सजाद दे दुखा दा सदका अल्लाह सियत अता फरमा मेरी अम्मा को अल्लाह सियत देवे मेरी हमशीरा को दुखी रहन दिया लोक सियत देवे जिथे जिथे हुसैन दे दादार हुसैन दे ना खिनण आले हुसैन दे मातमी हुसैन दे दादार दुखे अल्लाह ऊं बीमार दवा सही जड़ा 40 साल बाबे को पानी नहीं खून रुड़ना है इबला हादी कुल इमाम मोहम्मद बाकर आखिरी वेले प्यू दे करीब है अदे बाबा दुनिया तो टुटदा पे कोई ये जी ख्वाहिश हसरत जड़ी तिशना तकमीर रही हुए जड़ी पूरी नथी सगी हुए भावें जो जहर दा सेक खा गया है तड़प के अदे बाकर जिमें तेरे डाडियां दे बुरके को रोवण दा हक खाऊ मैं सजाद रो ना सका एक आखे ऊ आखे जरा 40 साल फुफिया दे बुरके को खून रोना है ऊ रात रोवण आले वास्ते जिथे जिथे दादार रुखिन अल्लाह सियत अता फरमा मेरी अम्मा को अल्लाह सियत रे मेरे अजीज सोजिक मालिक हयाती अल्लाह वारिस ता फरमा मेरा अल्लाह मजलिस दा सवाब लंगर दा सवाब नदर न्याज दा सवाब बानियान दे जुमला मरहूमीन दुनिया तो टुर गए अल्लाह उन्हां दे नामा अमाल दर्ज फरमा उन्हां दे दर्जात बुलंद फरमा जड़े हाजिर हैं अल्लाह इन सारियां दे मरहूमीन दे दर्जात बुलंद फरमा जितने टुरा हैं मालिक हुसैन बादशाह दे सदके कदम कदम दे बदले अल्लाह अजर अजीम अता फरमा
ਉਲਮਾਏ ਹੱਕਾ ਦਾ ਸਾਇਆ ਕਾਇਮ ਫਰਮਾ। ਮੁਹੰਮਦ ਔਰ ਆਲੇ ਮੁਹੰਮਦ ਵਾਸਤੇ ਮੈਂ ਅੱਲਾ ਅਸਾਂ ਗੁਨਾਹਗਾਰਾਂ ਦੀ ਪਹਿਲੀ ਅਤੇ ਆਖਰੀ ਦੁਆ ਹੈ। ਜਿਹੜੇ ਇਮਾਮ ਦੀ ਰਈਅਤ ਹੈ ਉਹਦਾ ਜਲ ਜ਼ਹੂਰ ਫਰਮਾ। ਬਾਦਸ਼ਾਹ ਵਿਨ ਸਹਿਦਾਂ ਦੇ ਵਿਹੜੇ ਵਸਣ। ਅੱਲਾ ਸਾ ਕੋਈ ਕਾਬਿਲ ਬਣਾ ਆਪਣੇ ਇਮਾਮ ਦੀ ਜ਼ਿਆਰਤ ਤੋਂ ਮੁਸ਼ਰਫ ਹੋ ਸਕੇ। ਅੱਲਾਹੁਮਾ ਸੱਲ ਅਲਾ ਮੁਹੰਮਦ ਵਾਲ ਮੁਹੰਮਦ। ਨਾਰਾਏ ਹੈਦਰੀ।